सत श्रीकाल जी, मैं गुरजतेंद्र सिंह रंधावा। तुसीं देख रहे हो पंजाब मेल यूएसए टीवी चैनल। एक मुलाकात प्रोग्राम लैके हाजिर हाँ दोस्तों। इस प्रोग्राम विच असीं उन्हां शख्सियतां नूं तुहाडे सामने रूबरू करदे हां जिन्हां ने कोई ना कोई वक्खरा कम किया होवे, विलक्खणता उन्हां विच होवे जां बहुत उच्च कोटी की शख्सियत होवे, उन्हां नूं असीं इस प्रोग्राम विच विशेष तौर पर तुहाडे तक लिजाण की कोशिश करते हैं ताँ कि उन्हां वल्लों किए हुए कम, उन्हां तों जो भी उन्होंने चंगा किया तुहानूं कुछ ना कुछ इनकरेजमेंट मिले। अज साडे स्टूडियो विच सरदार सतनाम सिंह जिहड़े कि स्टॉकटन कैलीफोर्निया नाल संबंधित आ, उत्थों दे उन्हां दी रिहायश है। एक इहो जिहा काम वह साडी कम्यूनिटी लई कर रहे आ जो कि एक बड़ी विलक्खणता भरपूर है। उन्हां दा एक मोटरसाइकल क्लब है इत्थे, जो कुछ वह करदे आ उहदे बारे जानकारी लवांगे ते इह वी उन्हां नूं पुछांगे कि की लोड़ पै गई, ਇਹ ਵੱਖਰਾ ਜਿਹਾ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਇਹ ਕਿਉਂ ਕਰ ਰਹੇ ਹੋ? ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਨਾਮ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਰੰਧਾਵਾ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੁਸੀਂ ਬੜੇ ਲੰਬੇ ਅਰਸੇ ਤੋਂ ਭਾਈਚਾਰੇ ਦੀ ਜਿਹੜੀ ਸੇਵਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਤੁਸੀਂ ਲੈ ਕੇ ਆ ਰਹੇ ਅਤੇ ਸਾਰੀ ਤੁਹਾਡੀ ਪੰਜਾਬ ਮੇਲ ਟੀਮ ਦਾ ਅਤੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਤਨਾਮ ਸਿੰਘ, ਤੁਸੀਂ ਪਹਿਲਾਂ ਤਾਂ ਸ਼ਰਟ ਦੀ ਗੱਲ ਕਰੀਏ, ਸਿੱਖ ਮੋਟਰਸਾਈਕਲਸ ਕਲੱਬ ਜੀ, ਉਹਦੀ ਟੀ ਸ਼ਰਟ ਅੱਜ ਪਾਈ ਹੋਈ ਆ ਸਟੂਡੀਓ ਵਿੱਚ ਸਾਡੇ, ਕੀ ਰੀਜ਼ਨ ਹੈ, ਇਹਦਾ ਮਤਲਬ ਕੀ ਆ ਇਸ ਕਮੀਜ਼ ਦਾ, ਇਸ ਟੀ ਸ਼ਰਟ ਦਾ? ਜੀ, ਮੈਂ ਆਪਣੇ ਕਲੱਬ ਨੂੰ ਰਿਪ੍ਰਜੈਂਟ ਕਰ ਰਿਹਾ ਜੀ ਅਤੇ ਸਿੱਖ ਮੋਟਰਸਾਈਕਲ ਕਲੱਬ ਪਿਛਲੇ 20-21 ਸਾਲਾਂ ਤੋਂ ਭਾਈਚਾਰੇ ਦੀ ਸੇਵਾ ਕਰਦੀ ਆ ਰਹੀ ਹੈ। ਕੁਝ ਸਾਡੇ ਆਪਣੇ ਸ਼ੌਂਕ ਹੁੰਦੇ ਨੇ ਅਤੇ ਜਿਹੜੇ ਕਿ ਆਪਾਂ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਪਲੈਟਫਾਰਮ ਨੂੰ ਤਿਆਰ ਕਰਦੇ ਹਾਂ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਸਿੱਖਾਂ ਨੇ ਬੜੀਆਂ ਮੱਲਾਂ ਮਾਰੀਆਂ ਹੋਈਆਂ ਨੇ, ਤੋ ਸਾਨੂੰ ਮੌਕਾ ਮਿਲਿਆ, ਸੁਨਹਿਰੀ ਮੌਕਾ ਮਿਲਿਆ ਕਿ 2019 ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਨੂੰ ਕੈਲੀਫੋਰਨੀਆ ਦੇ ਵਿੱਚ ਸਟਾਰਟ ਕਰਨ ਦਾ। ਸੋ ਇਹ ਇੱਥੇ ਜਦੋਂ ਸਥਾਪਿਤ ਹੋਈ ਸੀਗੀ ਸਾਡੇ ਵਾਸਤੇ ਇੱਕ ਬੜੀ ਵੱਡੀ। ਮੈਂ ਤੁਹਾਨੂੰ ਸਾਰੀਆਂ ਗੱਲਾਂ ਮਤਲਬ ਪੁੱਛਾਂਗਾ, ਤਰੀਕੇ ਨਾਲ ਪੁੱਛਾਂਗਾ, ਆਪਾਂ ਸਟੈਪ ਬਾਏ ਸਟੈਪ ਚੱਲਾਂਗੇ। ਮੈਂ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਪੁੱਛਣੀਆਂ ਪਹਿਲਾਂ ਉਹਦੇ ਬਾਰੇ ਆਪਾਂ ਡਿਸਕਸ ਕਰ ਲਈਏ ਜੀ। ਸਿੱਖ ਮੋਟਰਸਾਈਕਲ ਕਲੱਬ ਜੀ, ਇਹ ਬਣਾਉਣ ਦੀ ਕੀ ਲੋੜ ਪੈ ਗਈ ਇਹਦੀ? ਇਹਦਾ ਆਮ ਤੌਰ 'ਤੇ ਦੇਖਿਆ ਕਿ ਇੱਕ ਪ੍ਰਾਈਵੇਟ ਬੰਦੇ ਨੇ ਮੋਟਰਸਾਈਕਲ ਰੱਖਿਆ ਹੁੰਦਾ, ਉਹ ਆਪਣਾ ਚਲਾਉਂਦਾ ਜੀ, ਪਰ ਇਹਦੇ ਵਿੱਚ ਜਿਹੜੇ ਕਲੱਬ ਹੈ ਇਹਦੀ ਕੀ ਲੋੜ ਆ ਸਾਨੂੰ, ਅਮੈਰੀਕਾ ਜਾਂ ਕੈਨੇਡਾ ਵਿੱਚ? ਸੋ ਬਹੁਤ ਆਪਣੇ ਵੀਰ ਮੋਟਰਸਾਈਕਲ ਲੈ ਕੇ ਰੱਖਦੇ ਨੇ ਜੀ, ਹੈ ਨਾ, ਉਹਨਾਂ ਕੋਲ ਹੁੰਦੇ ਨੇ ਘਰੋ ਘਰੀ ਅਤੇ ਕੋਈ ਆਪਣੇ ਤਰੀਕੇ ਨਾਲ ਚਲਾਉਂਦਾ ਆ। ਪਰ ਸਾਡੇ ਵਾਸਤੇ ਇੱਕ ਆਈਡੈਂਟੀ ਇਸ਼ੂ ਬਹੁਤ ਵੱਡੀ ਗੱਲ ਆ ਕਿ ਸਾਨੂੰ ਨਸਲਘਾਤ ਹੋ ਜਾਂਦੀ ਹੈ, ਲੋਕ ਵੱਖਰੇ ਤਰੀਕੇ ਦੇ ਨਾਲ ਸਾਨੂੰ ਦੇਖਦੇ ਆ। ਸੋ ਅਸੀਂ ਇਹ ਇੱਕ ਸੁਨਹਿਰੀ ਮੌਕਾ ਸਮਝਿਆ ਕਿ ਹਾਂ ਜਾਂ ਲੋਕਾਂ ਦੇ ਵਿੱਚ ਰੂਬਰੂ ਹੋਣ ਵਾਸਤੇ ਇੱਕ ਪਲੈਟਫਾਰਮ ਤਿਆਰ ਕੀਤਾ ਜਾਵੇ ਤੇ ਸਿੱਖ ਮੋਟਰਸਾਈਕਲ ਕਲੱਬ ਜਿਹੜਾ ਇਹ ਬਹੁਤ ਵਧੀਆ ਨਾਮ ਆ, ਇੱਕ ਗਲੋਬਲ ਬ੍ਰਾਂਡ ਨੇਮ ਬਣ ਚੁੱਕਾ ਆ ਤੇ ਦੂਜੀਆਂ ਕੰਟਰੀਆਂ ਦੇ ਵਿੱਚ ਹੈਗਾ ਸੀ, ਅਮਰੀਕਾ ਦੇ ਵਿੱਚ ਕਿਤੇ ਵੀ ਨਹੀਂ ਸੀਗਾ। ਸੋ ਸਾਨੂੰ ਇਹ ਸੁਨਹਿਰੀ ਮੌਕਾ ਮਿਲਿਆ। ਇਹ ਜਿਹੜਾ ਦੂਜੀਆਂ ਕੰਟਰੀਜ਼ 'ਚ ਜਿਹੜਾ ਹੈਗੇ ਆ ਕਲੱਬ ਹੈਗੇ ਆ, ਸੇਮ ਨੇਮ ਬ੍ਰਾਂਡ ਆ ਕਿ ਆਪਾਂ ਆਪਣੇ ਨਾਂ ਰੱਖੇ ਸਾਰਿਆਂ ਨੇ? ਜੀ ਨਹੀਂ, ਸਿੱਖ ਮੋਟਰਸਾਈਕਲ ਕਲੱਬ ਕੈਨੇਡਾ, ਆਸਟ੍ਰੇਲੀਆ, ਯੂਕੇ, ਜਰਮਨੀ, ਉੱਧਰ ਪੰਜਾਬ ਦੇ ਵਿੱਚ ਵੀ ਆ ਹੁਣ ਅਤੇ ਦੁਬਈ 'ਚ ਵੀ ਆ। ਓਕੇ, ਅੱਛਾ, ਐਵਰੀਵੇਅਰ ਮਤਲਬ ਹੈਗਾ ਇਹ। ਜਦੋਂ ਇਹ ਸਿੱਖ ਮੋਟਰਸਾਈਕਲ ਕਲੱਬ ਬਣ ਜਾਂਦਾ, ਇਹ ਸਿਟੀ ਵਾਈਜ਼ ਤੁਸੀਂ ਰੱਖਦੇ ਹੋ ਕਿ ਵੱਖਰੇ ਵੱਖਰੇ? ਨਹੀਂ, ਸਟੇਟ ਵਾਈਜ਼। ਸਟੇਟ ਵਾਈਜ਼ ਆ ਜੀ, ਇਹ ਸਾਰੇ ਸਟੇਟ ਦਾ ਇੱਕੋ ਹੀ ਕਲੱਬ ਹੁੰਦਾ ਤੁਹਾਡਾ? ਜੀ ਬਿਲਕੁਲ। ਕੀ ਤੁਹਾਡੀ ਕੀ ਐਕਟੀਵਿਟੀ ਕੀ ਹੁੰਦੀ ਆ? ਮੈਂ ਤੁਹਾਨੂੰ ਬੜੀ ਵਾਰੀ ਦੇਖਿਆ ਤੁਸੀਂ ਨਗਰ ਕੀਰਤਨ ਜਿੰਨੇ ਵੀ ਹੁੰਦੇ ਆ ਉਹਦੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਜਿਹੜੇ ਆ ਉਹ ਆਪਣੇ ਸਿੱਖ ਜਿਹੜੇ ਹੁੰਦੇ ਦਸਤਾਰ ਸਜਾ ਕੇ ਬੈਠੇ ਹੁੰਦੇ ਆ, ਖਾਸ ਤੌਰ 'ਤੇ ਖੱਟੀਆਂ ਪੀਲੀਆਂ ਪੱਗਾਂ ਉੱਦਾਂ ਬੰਨੀਆਂ ਹੁੰਦੀਆਂ ਅਤੇ ਬੜੇ ਸੋਹਣੇ ਲੱਗਦੇ ਆ। ਹਰ ਬੰਦਾ ਆਪਣੇ ਆਪਣੇ ਮੋਟਰਸਾਈਕਲ 'ਤੇ ਹੁੰਦਾ, ਅੱਗੇ ਅੱਗੇ ਅਗਵਾਈ ਕਰਦੇ ਇੱਕ ਤਰ੍ਹਾਂ ਦੀ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਉਹ ਚੱਲਦੇ ਆ ਅਤੇ ਬੜਾ ਇੱਕ ਅਲੌਕਿਕ ਨਜ਼ਾਰਾ ਹੁੰਦਾ ਜੀ। ਬਿਲਕੁਲ, ਬਹੁਤ ਜ਼ਿਆਦਾ ਆਪਾਂ ਇਹ ਜਿਹੜਾ ਤੁਸੀਂ ਜਿਹੜਾ ਨਗਰ ਕੀਰਤਨ ਦਾ ਜਿਹੜੀ ਗੱਲ ਹੈ ਨਾ, ਇਹਦੇ ਵਿੱਚ ਕੀ ਹੈ ਕਿ ਸਾਨੂੰ ਇੱਕ ਮੌਕਾ ਮਿਲਦਾ ਦਸਤਾਰ ਬੰਨ ਕੇ ਜਦੋਂ ਅਸੀਂ ਚਲਾਉਣਾ ਚਾਹੁੰਦੇ ਹਾਂ। ਹੁਣ ਆਮ ਤੌਰ 'ਤੇ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਸਾਨੂੰ ਹੈਲਮੇਟ ਜਿਹੜੇ ਪਾਉਣੇ ਪੈਂਦੇ ਆ, ਹੈ ਨਾ। ਸੋ ਇੱਕ ਨਗਰ ਕੀਰਤਨ ਹੁੰਦੇ ਜਿੱਥੇ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਆ ਉਹ ਇੱਕ ਸਾਨੂੰ ਮੌਕਾ ਦਿੰਦੀਆਂ ਆ ਤਾਂ ਕਿ ਉਹ ਸਿਟੀ ਦੇ ਨਾਲ ਗੱਲ ਕਰਕੇ ਉਹ ਸਾਡੇ ਕੋਲ ਅਪਰੂਵਲ ਹੁੰਦੇ ਆ ਵੀ ਅਸੀਂ ਦਸਤਾਰ ਬੰਨ ਕੇ ਉਸ ਦਿਨ ਮੋਟਰਸਾਈਕਲ ਗੁਰੂ ਸਾਹਿਬ ਦੀ ਜਿਹੜੀ ਸਵਾਰੇ ਦੀ ਅਗਵਾਈ ਆ ਉਹ ਕਰਨ ਦਾ ਇੱਕ ਮੌਕਾ ਮਿਲਦਾ। ਜਿਵੇਂ ਸੇਵਾਦਾਰ ਪੱਖੋਂ ਲਾ ਲਓ ਕਿ ਹਾਂ, ਜਾਂ ਜਿਵੇਂ ਪਹਿਲੇ ਟਾਈਮ 'ਤੇ ਪੁਰਾਣੇ ਸਮੇਂ 'ਤੇ ਘੋੜ ਸਵਾਰ ਹੁੰਦੇ ਗੁਰੂ ਸਾਹਿਬ ਦੇ ਅੱਗੇ ਅੱਗੇ ਜਿਹੜੇ ਸੈਨਿਕ ਜਾਂਦੇ ਸੀਗੇ, ਅਸੀਂ ਆਪਣੇ ਆਪ ਨੂੰ ਅਸੀਂ ਉਹ ਗੁਰੂ ਸਾਹਿਬ ਦੀ ਸਾਨੂੰ ਸੇਵਾ ਲਈ ਮੌਕਾ ਮਿਲਦਾ, ਅਸੀਂ ਸੇਵਾਦਾਰ ਸਮਝ ਕੇ ਚੱਲਦੇ ਹਾਂ ਕਿ ਹਾਂ ਜਾਂ ਉਸ ਸਵਾਰੇ ਦੇ ਅੱਗੇ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਸਾਡੇ ਵਾਸਤੇ।
ਤੇ ਆਪਣਾ ਜਿਹੜਾ ਭਾਈਚਾਰਾ ਆ ਉਹ ਇੱਕ ਵੱਖਰਾ ਮਾਣ ਮਹਿਸੂਸ ਕਰਦੇ ਸਾਨੂੰ ਦੇਖ ਕੇ ਸੋਹਣੀਆਂ ਦਸਤਾਰਾਂ ਵੱਜੀਆਂ ਹੁੰਦੀਆਂ ਆ ਤੇ ਜਿਵੇਂ ਕਿ ਜੁਗਾ ਸਿਟੀ ਲਾ ਲਓ ਕੈਨੇਡਾ ਤੋਂ ਵੀ ਆਪਣੇ ਵੀਰ ਪਹਿਲਾਂ ਆਉਂਦੇ ਸੀਗੇ ਤੇ ਹੁਣ ਜਦੋਂ ਸਿੱਖ ਮੋਟਰਸਾਈਕਲ ਕਲੱਬ ਇੱਥੇ ਬਣੀ ਆ ਜਾਂ ਹੋਰ ਜਿਹੜੀਆਂ ਕਲੱਬਾਂ ਹੈਗੀਆਂ ਆਪਣੇ ਭਾਈਚਾਰੇ ਦੇ ਨਾਲ ਸੰਬੰਧਕ ਆ ਉਹ ਸਾਰੇ ਉੱਥੇ ਦਸਤਾਰਾਂ ਬੰਨ ਕੇ ਜਾਂਦੇ ਬਹੁਤ ਸੋਹਣਾ ਲੱਗਦਾ ਬੜਾ ਸੋਹਣਾ ਲੱਗਦਾ ਬੜਾ ਵਧੀਆ ਨਜ਼ਾਰਾ ਹੁੰਦਾ ਤੇ ਲੋਕ ਕੋਸ਼ਿਸ਼ ਕਰਦੇ ਕਿ ਅਸੀਂ ਆਪੋ ਆਪਣੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਮੋਟਰਸਾਈਕਲ ਰਾਈਡਰਸ ਨਾਲ ਖਿਚਾਈਏ ਉਹਨਾਂ ਦੇ ਗਰੁੱਪ ਜਿਹੜੇ ਆ ਉਹ ਇਕੱਠੇ ਹੋ ਜਾਂਦੇ ਆ ਬੜਾ ਇੱਕ ਸੋਸ਼ਲ ਮੀਡੀਆ ਤੇ ਉਹਦਾ ਬੜਾ ਪ੍ਰਚਾਰ ਹੁੰਦਾ ਹਾਂਜੀ ਪ੍ਰਬੰਧਕਾਂ ਨੂੰ ਹੁੰਦਾ ਹੈ ਕਿ ਆਪਾਂ ਨਗਰ ਕੀਰਤਨ ਚੱਲਦਾ ਜਾਵੇ ਤੇ ਸੰਗਤ ਨੂੰ ਹੁੰਦਾ ਹੈ ਕਿ ਸਾਨੂੰ ਆ ਮੌਕਾ ਮਿਲਿਆ ਹੈ ਉਹ ਫੋਟੋ ਖਿਚਾਉਂਦੇ ਨੇ ਨਾਲ ਜੀ ਬਿਲਕੁਲ ਬੱਚੇ ਬਹੁਤ ਸ਼ੌਂਕ ਰੱਖਦੇ ਜਦੋਂ ਬੱਚੇ ਦੇਖਦੇ ਆ ਉਹਨਾਂ ਦੇ ਅੰਦਰ ਜਿਹੜਾ ਉਤਸ਼ਾਹ ਹੁੰਦਾ ਹੈ ਇੱਕ ਵੱਖਰੀ ਚੀਜ਼ ਦੇਖਣ ਨੂੰ ਤੇ ਉਹ ਇਹ ਮੌਕਾ ਨਹੀਂ ਗਵਾਉਣਾ ਚਾਹੁੰਦੇ ਹੁੰਦੇ ਜੀ ਨਾਲ ਤੁਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਥੇ ਗੱਲ ਇੱਕ ਦੱਸਣੀ ਚਾਹੁੰਦਾ ਜਿਹੜੇ ਬੱਚੇ ਹਨ ਉਹ ਅੱਜ ਫਰਜ਼ ਕੀਤਾ 10 12 13 ਸਾਲ ਦੇ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਪਰ ਉਹਨਾਂ ਦੇ ਦਿਲ ਵਿੱਚ ਆ ਜਾਂਦਾ ਨੈਕਸਟ ਜਨਰੇਸ਼ਨ ਨੂੰ ਕਿ ਇਹ ਜੇ ਸਿੱਖ ਜਿਹੜੇ ਹੈਗੇ ਮੋਟਰਸਾਈਕਲ 'ਤੇ ਜਾ ਰਹੇ ਆ ਅਗਵਾਈ ਕਰ ਰਹੇ ਆ ਕਿੰਨੇ ਸੋਹਣੇ ਲੱਗਦੇ ਆ ਕਿੰਨੇ ਸਜੇ ਹੋਏ ਆ ਅਤੇ ਉਹਨਾਂ ਨੂੰ ਇੱਕ ਨਾ ਇਨਕਰੇਜਮੈਂਟ ਮਿਲਦੀ ਹੈ ਇੱਕ ਤਾਂ ਸਿੱਖੀ ਨਾਲ ਜੁੜਨ ਦੀ ਬਿਲਕੁਲ ਇੱਕ ਨਾਲ ਵੀ ਅਸੀਂ ਵੀ ਕੱਲ੍ਹ ਨੂੰ ਵੱਡੇ ਹੋ ਕੇ ਜਦੋਂ ਸਾਨੂੰ ਲਾਇਸੈਂਸ ਮਿਲੂਗਾ ਇਸੇ ਤਰੀਕੇ ਨਾਲ ਅਸੀਂ ਆਪਣਾ ਮੋਟਰਸਾਈਕਲ ਲਵਾਂਗੇ ਅਤੇ ਇਸ ਤਰੀਕੇ ਨਾਲ ਹੀ ਕਿਤੇ ਨਾ ਕਿਤੇ ਜਿਹੜੇ ਇਕੱਠੇ ਹੁੰਦੇ ਆ ਅਤੇ ਉੱਥੇ ਹਜੂਮ ਜਿੱਥੇ ਜ਼ਿਆਦਾ ਹੋਵੇ ਉੱਥੇ ਮੋਟਰਸਾਈਕਲ ਲੈ ਕੇ ਜਾਵਾਂਗੇ ਅਤੇ ਸਾਡੀ ਪਹਿਚਾਣ ਬਣੂਗੀ ਹਾਂਜੀ ਅਤੇ ਨਾਲ ਹੀ ਵੱਡਿਆਂ ਦਾ ਇਹ ਹੁੰਦਾ ਕਿ ਵੱਡੇ ਸਾਨੂੰ ਸਵਾਲ ਕਰਦੇ ਨੇ ਜੀ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਕਿ ਅਸੀਂ ਦਸਤਾਰ ਬਣ ਕੇ ਮੋਟਰਸਾਈਕਲ ਕਿਤੇ ਵੀ ਚਲਾ ਸਕਦੇ ਹਾਂ ਜੀ ਜੀ ਇਹ ਇਹ ਬਹੁਤ ਆਮ ਸਵਾਲ ਪੁੱਛਿਆ ਅੱਛਾ ਆਮ ਸਵਾਲ ਹੈਗਾ ਇੱਥੇ ਜੀ ਕਿਉਂਕਿ ਇਹਦੇ ਬਾਰੇ ਵੀ ਆਪਾਂ ਬਾਅਦ 'ਚ ਡਿਸਕਸ ਕਰਾਂਗੇ ਕਿ ਪ੍ਰੋਬਲਮਸ ਸਾਨੂੰ ਕੀ ਆ ਪਹਿਲਾਂ ਤਾਂ ਆਪਾਂ ਇਹੋ ਗੱਲ ਕਰ ਲਈਏ ਵੀ ਇਹ ਕਿਸ ਤਰੀਕੇ ਨਾਲ ਤੁਹਾਡਾ ਸਾਰਾ ਜਿਹੜਾ ਮੋਟਰ ਸਾਈਕਲ ਕਲੱਬ ਹੈ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਉਹ ਕਿਸ ਤਰੀਕੇ ਨਾਲ ਚੱਲ ਰਿਹਾ ਪਹਿਲਾਂ ਆਪਾਂ ਉਸ ਟੋਪਿਕ 'ਤੇ ਰਹਿੰਦੇ ਹਾਂ ਜਦੋਂ ਤੁਸੀਂ ਜਦੋਂ ਮੋਟਰਸਾਈਕਲ ਦਾ ਲਾਇਸੈਂਸ ਲੈ ਲਿਆ ਇਹਦਾ ਕੋਈ ਔਖਾ ਤਾਂ ਨਹੀਂ ਹੁੰਦਾ ਮਤਲਬ ਨਹੀਂ ਦੋ ਤਰੀਕੇ ਨੇ ਇੱਕ ਤਾਂ ਤੁਸੀਂ ਆਪਣੇ ਡੀ ਐਮ ਵੀ ਦੇ ਉਹਨਾਂ ਦੀਆਂ ਬਣੀ ਹੋਈ ਲੋਕੇਸ਼ਨ ਮੋਟਰਸਾਈਕਲ ਦਾ ਟੈਸਟ ਵੱਖਰਾ ਹੁੰਦਾ ਹੈ ਇੱਕ ਦੂਜਾ ਚਾਂਸ ਹੁੰਦਾ ਤੁਹਾਡੇ ਕੋਲ ਕਿ ਜੇ ਉਹ ਸੌਖਾ ਤਰੀਕਾ ਵੈਸੇ ਮੈਂ ਸਾਰਿਆਂ ਨੂੰ ਉਹੀ ਸਲਾਹ ਦੇਵਾਂਗਾ ਕਿ ਤੁਸੀਂ ਜਿਹੜੇ ਪ੍ਰਾਈਵੇਟ ਸਕੂਲਸ ਹੈਗੇ ਆ ਜਾਂ ਸੀ ਐਚ ਪੀ ਵੱਲੋਂ ਜਿਹੜਾ ਸਕੂਲ ਹੁੰਦਾ ਆ ਤੁਸੀਂ ਉਹਦੇ ਰਾਹੀਂ ਜਾਓ ਉਹਨਾਂ ਦੀਆਂ ਕਲਾਸਿਸ ਹੁੰਦੀਆਂ ਦੋ ਦਿਨ ਦੀਆਂ ਅਤੇ ਤੀਸਰੇ ਦਿਨ ਤੁਹਾਨੂੰ ਕਿਹਨਾਂ ਦਾ ਔਨ ਦਾ ਫੀਲਡ ਮਾਰਕ ਤੁਹਾਨੂੰ ਉਹ ਕਰਾਉਂਦੇ ਆ ਫਿਰ ਤੁਹਾਨੂੰ ਡੀ ਐਮ ਵੀ ਜਾਣ ਦੀ ਲੋੜ ਨਹੀਂ ਸਿਰਫ ਡੀ ਐਮ ਵੀ ਦੇ ਵਿੱਚ ਤੁਸੀਂ ਰਿਟਨ ਟੈਸਟ ਦੇਣਾ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫੀਲਡ ਟੈਸਟ ਆ ਉਹ ਤੁਹਾਡਾ ਜਿਹੜਾ 3 ਦਿਨ ਦੀ ਕਲਾਸ ਉਹਦੇ ਵਿੱਚ ਪੂਰਾ ਹੋ ਜਾਂਦਾ ਹੈ ਅਤੇ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਅੱਛਾ ਇਹਦੇ 'ਚ ਕਈ ਵਾਰੀ ਹੁੰਦਾ ਸਾਡੇ ਕੁਛ ਭਰਾ ਜਿਹੜੇ ਇੱਥੇ ਇੰਗਲਿਸ਼ ਨਹੀਂ ਉਹਨਾਂ ਨੂੰ ਆਉਂਦੀ ਜਾਂ ਕੋਈ ਇਸ ਤਰੀਕੇ ਨਾਲ ਹੈਗਾ ਕਿ ਉਹ ਪੰਜਾਬੀ 'ਚ ਆਪਣਾ ਟੈਸਟ ਦੇ ਲੈਣ ਰਿਟਨ ਟੈਸਟ ਜਿਹੜਾ ਜੀ ਬਿਲਕੁਲ ਹੁਣ ਇਹ ਜਿਹੜੀ ਸਹੂਲਤ ਹੈਗੀ ਆ ਡੀ ਐਮ ਵੀ ਨੇ ਆਪਣੇ ਵਾਸਤੇ ਉਪਲਬਧ ਕੀਤੀ ਹੋਈ ਹੈ ਕਿ ਹਾਂ ਜਾਂ ਤੁਸੀਂ ਪੰਜਾਬੀ ਦੇ ਵਿੱਚ ਵੀ ਟੈਸਟ ਦੇ ਸਕਦੇ ਹੋ ਅੱਛਾ ਪੰਜਾਬੀ 'ਚ ਹੈਗਾ ਟੈਸਟ ਬਹੁਤ ਵਧੀਆ ਗੱਲ ਹੈ ਕਿ ਚੰਗਾ ਉਪਰਾਲਾ ਬਿਲਕੁਲ ਪਰ ਆਪਾਂ ਕੋਸ਼ਿਸ਼ ਕਰਾਂ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਹ ਅੰਗਰੇਜ਼ੀ 'ਚ ਕਿਉਂਕਿ ਜਿਹੜੇ ਸਾਈਨ ਆ ਅਸੀਂ ਅਜੇ ਕੈਨੇਡਾ ਵਰਗੂ ਅਸੀਂ ਉਸ ਪ੍ਰਾਪਤੀ ਤੱਕ ਨਹੀਂ ਪਹੁੰਚੇ ਵੀ ਸਾਡੇ ਜਿਹੜੇ ਸਾਈਨ ਬੋਰਡ ਉਹ ਵੀ ਪੰਜਾਬੀ ਦੇ ਵਿੱਚ ਆ ਜਾਣ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਦੇ ਹੋਰ ਵੀ ਇਹ ਵੀ ਕਾਰਜ ਪੂਰੇ ਹੋਣ ਤੋ ਅੰਗਰੇਜ਼ੀ ਦੇ ਵਿੱਚ ਵੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਟੈਸਟ ਆ ਕੇ ਵੇਖਣ ਕੈਨੇਡਾ 'ਚ ਤਾਂ ਜਦੋਂ ਆਪਾਂ ਏਅਰਪੋਰਟ 'ਤੇ ਜਾਂਦੇ ਹਾਂ ਉੱਥੋਂ ਹੀ ਸ਼ੁਰੂਆਤ ਹੀ ਉੱਥੋਂ ਹੁੰਦੀ ਆ ਬਿਲਕੁਲ ਕਿ ਸਵਾਗਤ ਜਾਂ ਹੈ ਨਾ ਜੀ ਆਇਆਂ ਨੂੰ ਉਹਨਾਂ ਦੇ ਸਾਈਨ ਏਅਰਪੋਰਟ 'ਤੇ ਲੱਗੇ ਬੜਾ ਮਾਣ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਕਿ ਸਿੱਖ ਕੌਮ ਜਿਹੜੀ ਆ ਵਰਲਡਵਾਈਡ ਜਿਹੜੀ ਆ ਪਹੁੰਚ ਚੁੱਕੀ ਆ ਅਤੇ ਖੁਸ਼ੀ ਦੀ ਗੱਲ ਆ ਜਦੋਂ ਤੁਸੀਂ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਕਿੰਨੀ ਉਮਰ ਦਾ ਲਾਇਸੈਂਸ ਮਿਲ ਜਾਂਦਾ ਪਹਿਲੀ ਗੱਲ ਤਾਂ 21 ਸਾਲ ਤਾਂ ਜਿਵੇਂ 21 ਸਾਲ ਦਾ ਮੋਟਰਸਾਈਕਲ ਦਾ ਜਿਵੇਂ ਆਮ 16 ਸਾਲ ਦਾ ਕਾਰ ਦਾ ਮਿਲ ਜਾਂਦਾ ਹਾਂਜੀ ਇਹਦਾ 21 ਸਾਲ ਹਾਂਜੀ ਇਹਦੇ 21 ਸਾਲ ਦੀ ਉਮਰ ਆ ਵੱਖਰੇ ਸਟੇਟਾਂ ਦਾ ਵੱਖਰਾ ਕਾਇਦਾ ਹੈਗਾ ਓਕੇ ਕੈਲੀਫੋਰਨੀਆ 21 ਸਾਲ ਹਾਂਜੀ ਅੱਛਾ ਜੀ ਅਤੇ ਜਿੱਥੇ ਮਰਜ਼ੀ ਤੁਸੀਂ ਮੋਟਰਸਾਈਕਲ ਚਲਾ ਸਕਦੇ ਹੋ ਜੀ ਅਤੇ ਆਪਾਂ ਇੱਕ ਹੁਣ ਗੱਲ ਕਰੀਏ ਆਈਡੈਂਟੀ ਦੀ ਸਿੱਖ ਆਈਡੈਂਟੀ ਜਿਹੜੀ ਆ ਉਹ ਬਹੁਤ ਬਣਦੀ ਆ ਇਸ ਕੰਮ ਨਾਲ ਬਹੁਤ ਵਧੀਆ ਕੰਮ ਹੈ ਜਦੋਂ ਤੁਸੀਂ ਮੋਟਰਸਾਈਕਲ 'ਤੇ ਦਸਤਾਰ ਬਣ ਕੇ ਜਾਂਦੇ ਹੋ ਕਿਤੇ ਤਾਂ ਲੋਕ ਦੇਖਦੇ ਆ ਪਰ ਖਾਸ ਕਰਕੇ ਇਹ ਜਿਹੜੀਆਂ ਗੱਲਾਂ ਹੈਗੀਆਂ ਸਿਰਫ ਨਗਰ ਕੀਰਤਨਾਂ ਤੱਕ ਹੀ ਸੀਮਤ ਆ ਹੋਰ ਕਿਤੇ ਮਨਜ਼ੂਰੀ ਲੈ ਕੇ ਵੀ ਨਹੀਂ ਹਾਲੇ ਹੈਗਾ ਹਾਲਾਂਕਿ ਸਾਡੇ ਜਿਹੜੇ ਇੱਥੇ ਆਪਾਂ ਸਿੱਖ ਕੌਮ ਜਿਹੜੀ ਆ ਤਕਰੀਬਨ 125 ਸਾਲ ਪਹਿਲਾਂ ਦੀ ਆਉਣੀ ਸ਼ੁਰੂ ਹੋ ਗਈ ਸੀ ਜੀ ਪਰ ਜਿਹੜੀ ਜਾਗਰੂਕਤਾ ਨਾ ਜੀ ਮੈਂ ਇਹ ਦੇਖਿਆ ਕਿ ਇਹ ਬਹੁਤ ਲੰਬੇ ਸਮੇਂ ਤੋਂ ਤਾਂ ਨਹੀਂ ਆਈ ਸੀ ਥੋੜ੍ਹੇ ਸਮੇਂ ਤੋਂ ਜਿਹੜੀ ਜਾਗਰੂਕਤਾ ਉਹ ਸਾਡੇ ਸਿੱਖ ਕੌਮ 'ਚ ਆਈ ਆ ਕਿ ਅਸੀਂ ਵੀ ਆਪਣੀ ਆਈਡੈਂਟੀ ਲਈ ਜੱਦੋ ਜਹਿਦ ਕਰੀਏ ਅਤੇ ਜੱਦੋ ਜਹਿਦ ਸ਼ੁਰੂ ਹੋ ਚੁੱਕੀ ਆ ਵੱਖ ਵੱਖ ਵਿਭਾਗਾਂ ਵਿੱਚ ਸਾਡੇ ਜਿਹੜੇ ਬਹੁਤ ਸਾਰੇ ਸਾਇੰਟਿਸਟ ਆ ਡਾਕਟਰ ਉਹ ਦਸਤਾਰ ਬਣ ਕੇ ਜਾਂਦੇ ਆ ਹਾਂਜੀ ਅੱਜ ਇੰਨੀਆਂ ਤਰੱਕੀਆਂ ਕਰ ਲਈਆਂ ਖੁੱਲੀਆਂ ਜ਼ਮੀਨਾਂ ਸਾਡੀਆਂ ਜ਼ਿਮੀਂਦਾਰਾਂ ਕੋਲ ਪੰਜਾਬੀ ਸਿੱਖ ਭਰਾਵਾਂ ਕੋਲ ਵੱਡੇ ਵੱਡੇ ਹੋਟਲ ਉਹਨਾਂ ਦੇ ਓਨਰ ਹੋਰ ਵੀ ਜਿਹੜੇ ਬਿਜ਼ਨਸ ਆ ਟਰੈਕਿੰਗ ਬਿਜ਼ਨਸ ਖਾਸ ਤੌਰ 'ਤੇ ਆ ਉਹਦੇ 'ਤੇ ਸਾਡਾ ਸਮਝ ਲਓ ਵੀ ਕਬਜ਼ਾ ਹੀ ਆ ਸਿੱਖਾਂ ਦਾ ਪੰਜਾਬੀਆਂ ਦਾ
ਤੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਜ਼ਨਸ ਹੈਗੇ ਆ ਜਿਹਦੇ ਵਿੱਚ ਅਸੀਂ ਇਨਵੋਲਵ ਹੋ ਚੁੱਕੇ। ਮਿਲਟਰੀ 'ਚ ਸਾਡੇ ਬਹੁਤ ਸਾਰੇ ਕਰਨਲ ਰੈਂਕ ਦੇ ਵੀ ਆ, ਬ੍ਰਿਗੇਡੀਅਰ ਇਸ ਲਈ ਉਹ ਦਸਤਾਰ ਉਹਨਾਂ ਨੂੰ ਅਲਾਊਡ ਹੋ ਗਈ ਆ। ਪਰ ਇਹ ਸਾਰੇ ਜਿਹੜੇ ਅਦਾਰੇ ਇਹਨਾਂ 'ਚ ਹੋ ਗਈ ਆ, ਪਰ ਇੱਕ ਜਿਹੜਾ ਤੁਹਾਨੂੰ ਖਾਸ ਪ੍ਰੋਬਲਮ ਜਿਹੜੀ ਆਉਂਦੀ ਆ ਉਹ ਮੋਟਰਸਾਈਕਲ ਜਿਹੜਾ ਹੈਗਾ ਚਲਾਉਣ 'ਚ। ਇੰਡੀਆ ਵਾਂਗੂ ਨਹੀਂ ਹੈਗਾ ਵੀ ਜੇ ਤੁਸੀਂ ਦਸਤਾਰ ਸਜਾਈ ਆ ਜਾਂ ਪੱਗ ਬੰਨੀ ਆ ਤਾਂ ਤੁਸੀਂ ਮੋਟਰਸਾਈਕਲ ਚਲਾ ਸਕਦੇ, ਇੱਥੇ ਨਹੀਂ ਹੈਗਾ। ਨਹੀਂ ਜੀ, ਇੱਥੇ ਸਿਰਫ ਹੈਲਮਟ ਪਾ ਕੇ ਚਲਾ ਸਕਦੇ ਜੀ, ਬਿਲਕੁਲ। ਉਹਦੇ ਬਾਰੇ ਕੀ ਪ੍ਰੋਬਲਮਸ ਤੁਹਾਨੂੰ ਫੇਸ ਕਰਨੀ ਪੈਂਦੀ ਹੈ? ਸੋ ਜਿਵੇਂ ਆਈਡੈਂਟੀਟੀ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਸਾਡੀ ਵਿਲੱਖਣਤਾ ਜਿਹੜੀ ਹੈ ਗੁਰੂ ਸਾਹਿਬ ਦੇ ਟਾਈਮ ਤੋਂ ਹੀ ਸਾਡੇ ਨਾਲ ਵੱਖਰੇਵਾਂ ਜਿਹੜਾ ਹੈਗਾ ਇਹ ਚੱਲਦਾ ਆ ਰਿਹਾ ਹੈ। ਸੋ ਸਾਡੀ ਜਿਹੜੀ ਜਦੋਂ ਜ਼ਿਆਦਾ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਅਤੇ ਅਸੀਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਾਂ ਗੁਰਦੁਆਰਾ ਸਾਹਿਬ ਹੈਗੇ ਨੇ ਉਹਨਾਂ ਸਾਰੇ ਸ਼ਲਾਘਾਯੋਗ ਨੇ, ਉਹ ਬਹੁਤ ਵਧੀਆ ਆਪਣੇ ਆਪੋ ਆਪਣੇ ਤਰੀਕੇ ਨਾਲ ਢੰਗ ਤਰੀਕੇ ਦੇ ਨਾਲ ਕੋਈ ਨਾ ਕੋਸ਼ਿਸ਼ ਕਰਦੇ ਆ। ਜਿਵੇਂ ਆਪਾਂ ਕਹਿ ਦਈਏ ਵੀ ਜਿਹੜੀ ਅਵੇਅਰਨੈਸ ਆ ਹਨਾ, ਜਾਗਰੂਕਤਾ ਲਿਆਉਣ ਦੀ ਲੋੜ ਹੈਗੀ ਹੈ ਜਿਹੜੀ ਦੂਜੇ ਆਪਣੇ ਜਿਹੜੇ ਨੇਬਰਿੰਗ ਭਾਈਚਾਰੇ ਦੇ ਵਿੱਚ ਹਨਾ, ਦੂਸਰਿਆਂ ਦੇ ਨਾਲ, ਕਮਿਊਨਿਟੀਜ਼ ਦੇ ਨਾਲ। ਹੁਣ ਸਾਨੂੰ ਜਿਹੜੀ ਜਿਹੜੀ ਮੇਨ ਦਿੱਕਤ ਜਿਹੜੀ ਹੈਗੀ ਆ ਵੀ ਜੇ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਅਸੀਂ ਇਸ ਧਰਤੀ ਦੇ ਨਾਲ ਹਾਂ, ਉਹ ਅਸੀਂ ਤਾਂ ਵੀ ਆਪਣੇ ਅਸੀਂ ਖੁੱਲ੍ਹ ਕੇ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਸਾਡੇ ਕੋਲ ਉਹ ਸਹੂਲਤਾਂ ਨਹੀਂ ਹੈਗੀਆਂ। ਸੋ ਦੂਜੇ ਦਰਜੇ ਦਾ ਅਸੀਂ ਘੁਆਉਣਾ ਨਹੀਂ ਚਾਹੁੰਦੇ। ਤੋ ਜੇ ਪਹਿਲੇ ਦਰਜੇ 'ਤੇ ਇਹ ਗੱਲ ਆ ਗਈ ਆ ਕਿ ਜੇ ਮੈਂ ਸਿੱਖ ਹਾਂ ਅਤੇ ਮੈਂ ਦਸਤਾਰ ਬੰਨ੍ਹ ਕੇ ਉੱਦਾਂ ਵਿੱਚ ਰਿਹਾ ਹਾਂ ਅਤੇ ਫਿਰ ਇੱਥੇ ਵੀ ਮੈਨੂੰ ਉਹ ਹੱਕ ਮੇਰੇ ਕੋਲ ਹੋਣਾ ਚਾਹੀਦਾ ਆ, ਤੋ ਜਿਹੜਾ ਅੱਜ ਦੀ ਤਰੀਕ 'ਚ ਨਹੀਂ ਹੈਗਾ। ਪਰ ਸਾਡੀ ਅਰਦਾਸ ਸਿੱਖ ਮੋਟਰਸਾਈਕਲ ਕਲੱਬ ਨੇ ਦੂਜੀਆਂ ਕੰਟਰੀਆਂ ਦੇ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਦੇ ਵਿੱਚ ਇਹ ਮੱਲਾਂ ਮਾਰੀਆਂ ਨੇ। ਅਸੀਂ ਇੱਥੇ ਇਹ ਅਰਦਾਸ ਵੀ ਕਰਨੀ ਆ ਗੁਰੂ ਸਾਹਿਬ ਕੋਲ, ਅਸੀਂ ਵੋਟ ਆਸਰਾ ਸੰਗਤ ਕੋਲ ਇਹ ਅਪੀਲ ਬੇਨਤੀ ਵੀ ਕਰਨੀ ਆ ਸਾਡੇ ਭਾਈਚਾਰੇ ਦੀ, ਸਾਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਾਂ ਜਿਹੜੀ ਇਹ ਜਿਹੜੀ ਮਨਜ਼ੂਰੀ ਆ ਅਸੀਂ ਕਿਸੇ ਹੱਦ ਤੱਕ ਕੋਈ ਪ੍ਰਾਪਤੀ ਕਰ ਸਕੀਏ। ਮੈਂ ਤੁਹਾਡੇ ਨਾਲ ਇੰਟਰਵਿਊ ਤੋਂ ਪਹਿਲਾਂ ਗੱਲਬਾਤ ਕਰ ਰਿਹਾ ਸੀਗੇ, ਸਾਨੂੰ ਚਾਹੀਦਾ ਕਿ ਇਹ ਜਿਹੜੀ ਚੀਜ਼ ਹੈ, ਜੇ ਆਪਾਂ ਕੈਲੀਫੋਰਨੀਆ ਦਾ ਇੱਕ ਉਦਾਹਰਣ ਲਈਏ ਜੀ, ਇਹਦੀ ਐਗਜ਼ਾਮਪਲ ਇਹ ਆ ਕਿ ਇੱਥੇ ਜਿਹੜਾ ਇੱਕ ਰੂਲ ਆ ਵੀ ਤੁਸੀਂ ਹੈਲਮਟ ਤੋਂ ਬਗੈਰ ਮੋਟਰਸਾਈਕਲ ਜਿਹੜੀ ਆ ਉਹ ਰਾਈਡ ਨਹੀਂ ਕਰ ਸਕਦੇ ਜੀ, ਕਿਉਂਕਿ ਇੱਥੇ ਬਿਲਕੁਲ ਉਹ ਬਣਿਆ ਹੋਇਆ ਕਾਨੂੰਨ ਹੈ ਇੱਕ, ਜਿਹੜਾ ਪੱਗ ਵਾਲਾ ਜਾਂ ਦਸਤਾਰ ਵਾਲਾ ਉਹਨਾਂ ਦੇ ਹੱਲੇ ਨਿਗਾਹ 'ਚ ਹੈ ਨਹੀਂ ਗਾ ਜੀ। ਇਹਦੇ ਲਈ ਤਾਂ ਬਹੁਤ ਵੱਡਾ ਸਾਨੂੰ ਸਟਰਗਲ ਕਰਨਾ ਪਊਗਾ, ਕਿਉਂਕਿ ਜੇ ਮੈਂ ਕਹਾਂ ਕਿ ਜੇ ਆਪਾਂ ਛੋਟੇ ਲੈਵਲ ਤੋਂ ਸਿਟੀ ਲੈਵਲ ਤੋਂ ਇਹਨੂੰ ਸ਼ੁਰੂ ਕਰੀਏ, ਉੱਥੋਂ ਰਿਕਮੈਂਡ ਕਰਵਾਈਏ, ਰਿਕਮੈਂਡੇਸ਼ਨ ਲਈਏ, ਆਪਾਂ ਨੂੰ ਉਹਦੇ ਲਈ ਵੀ ਇਹ ਨਹੀਂ ਹੈਗਾ ਵੀ ਉਹਨਾਂ ਨੇ ਆਪਣੇ ਆਪ ਨੂੰ ਰਿਕਮੈਂਡੇਸ਼ਨ ਦੇ ਦੇਣੀ ਹੈ, ਸਾਨੂੰ ਪਹਿਲਾਂ ਇਨਵੋਲਵਮੈਂਟ ਕਰਨੀ ਪੈਣੀ ਆ ਸਿਟੀ ਦੇ ਵਿੱਚ, ਉਹਨਾਂ ਦੇ ਆਗੂਆਂ ਨੂੰ, ਉਹਨਾਂ ਦੇ ਲੀਡਰਾਂ ਨੂੰ ਪਹਿਲਾਂ ਭਰੋਸੇ ਵਿੱਚ ਲੈਣਾ ਪੈਣਾ। ਬਿਲਕੁਲ, ਜਿੰਨਾ ਚਿਰ ਆਪਾਂ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲੈਂਦੇ ਇਹ ਜਿਹੜੀ ਗੱਲ ਹੈ ਅੱਗੇ ਨਹੀਂ ਤੁਰਨੀ, ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਦੀ ਸਪੋਰਟ ਕਰਕੇ ਜਦੋਂ ਇਲੈਕਸ਼ਨ ਲੜਦੇ ਆ ਨਾ, ਖਾਸ ਕਰਕੇ ਇਹ ਭਰੋਸਾ ਤਾਂ ਇੱਦਾਂ ਹੀ ਬਣਦਾ, ਉਹਨਾਂ ਦੀ ਇਲੈਕਸ਼ਨ ਕੰਪੇਨ ਦੌਰਾਨ ਤੁਸੀਂ ਉਹਨਾਂ ਦੇ ਨਾਲ ਰਲ ਜਾਓ, ਉਹ ਤੋਂ ਬਾਅਦ ਤੁਸੀਂ ਜੋ ਵੀ ਕੰਮ ਕਰਾਉਣਾ ਚਾਹੋਗੇ ਉਹ ਹੋ ਸਕਦਾ। ਸਾਡੇ ਜਿਹੜੀ ਕੌਮ ਦੀ ਜਿਹੜੀ ਤ੍ਰਾਸਦੀ ਬਾਹਰਲੇ ਮੁਲਕਾਂ 'ਚ ਜ਼ਿਆਦਾਤਰ ਇਹ ਆ ਕਿ ਇਹ ਜਿਹੜੇ ਇਨਵੋਲਵਮੈਂਟ ਹੈ ਨਹੀਂ ਗੀ, ਖਾਸ ਕਰਕੇ ਪੋਲੀਟਿਕਸ ਵਿੱਚ ਬਹੁਤ ਘੱਟ, ਬਹੁਤ ਨਾਮਾਤਰ ਹੀ ਅਮੈਰੀਕਾ ਵਿੱਚ, ਫਿਰ ਵੀ ਸ਼ੁਰੂ ਤੋਂ ਹੋਏ ਆ ਪਰ ਉਸ ਪੱਧਰ 'ਤੇ ਨਹੀਂ ਹੈਗੇ ਜਿਹੜੇ ਕਿ ਜਿਹੜੇ ਚਾਹੀਦੇ, ਜਿਵੇਂ ਕੈਨੇਡਾ 'ਚ ਜਾਂ ਇੰਗਲੈਂਡ 'ਚ ਬਹੁਤ ਜ਼ਿਆਦਾ ਐਡਵਾਂਸ ਹੋ ਗਏ। ਪਰ ਉਹ ਥੋੜ੍ਹਾ ਜਿਹਾ ਉਹਨਾਂ 'ਚ ਇਹ ਫਾਇਦਾ ਹੈਗਾ ਉਹਨਾਂ ਨੂੰ ਕਿ ਉਹ ਜੋਗ੍ਰਾਫੀਕਲ ਆ, ਉਹ ਜੋਗ੍ਰਾਫੀਕਲ ਉਹ ਇਕੱਠੇ ਜੇ ਹੋਣ ਕਰਕੇ ਰਹਿੰਦੇ ਹੋਣ ਕਰਕੇ ਉਹ ਵੋਟਾਂ ਨਾਲ ਉੱਥੋਂ ਜਿਹੜਾ ਕੈਂਡੀਡੇਟ ਹੁੰਦਾ ਉਹ ਜਿੱਤ ਜਾਂਦਾ। ਅਤੇ ਆਪਾਂ ਜਿਹੜਾ ਇੱਧਰ ਅਮੈਰੀਕਾ 'ਚ ਖਿਲਰੇ ਹੋਏ ਹਾਂ, ਆਬਾਦੀ ਉਨੀ ਆ ਜਿੰਨੀ ਕੈਨੇਡਾ 'ਚ, ਹਾਂਜੀ ਸਿੱਖਾਂ ਦੀ 1 ਮਿਲੀਅਨ ਦੇ ਕਰੀਬ ਆ, ਪਰ ਰੌਲਾ ਇਹ ਆ ਵੀ ਸਾਰੇ ਵੱਡਾ ਕੰਟਰੀ ਹੋਣ ਕਰਕੇ ਖਿਲਰੇ ਰਹਿੰਦੇ ਆ ਅਤੇ ਯੂਨਿਟੀ ਹੈ ਨਹੀਂ ਗੀ। ਯੂਨਿਟੀ ਬਹੁਤ ਜ਼ਰੂਰੀ ਆ ਕਿਸੇ ਵੀ ਇਲੈਕਸ਼ਨ ਨੂੰ ਜਿੱਤਣ ਲਈ, ਸਿੱਖ ਕਮਿਊਨਿਟੀ ਜੇ ਇੱਕ ਏਰੀਏ 'ਚ ਰਹਿੰਦੀ ਆ ਤਾਂ ਫਿਰ ਹੀ ਅਸੀਂ ਜਿਹੜਾ ਇਹ ਕੋਈ ਇਲੈਕਸ਼ਨ ਦਾ ਆਪਾਂ ਫਾਇਦਾ ਲੈ ਸਕਦੇ ਹਾਂ। ਪਰ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੁੰਦੀਆਂ, ਸਾਨੂੰ ਜਿਹੜਾ ਜਿਹੜੇ ਸਥਾਨਕ ਲੀਡਰ ਆ, ਚਾਹੇ ਉਹ ਗੋਰੇ ਆ, ਚੀਨੇ ਆ, ਕਾਲੇ ਆ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਇਲੈਕਸ਼ਨ ਕੰਪੇਨ ਦੌਰਾਨ, ਫਿਰ ਉਹ ਸਾਡੀ ਹੈਲਪ ਕਰਦੇ ਉਲਟਾ। ਉਹਦਾ ਤਰੀਕਾ ਇਹੀ ਆ, ਸਿਟੀ ਲੈਵਲ 'ਤੇ ਪਹਿਲਾਂ ਆਪਾਂ ਇਸ ਕੰਪੇਨ ਨੂੰ ਲੱਗ ਜਾਈਏ, ਸਿਟੀ ਲੈਵਲ ਤੋਂ ਬਾਅਦ ਆਪਾਂ ਜਿਹੜੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਰਿਕੁਐਸਟ ਕਰੀਏ ਵੀ ਇਹ ਸਿਟੀ ਤੋਂ ਰਿਕਮੈਂਡੇਸ਼ਨ ਸਾਡੀਆਂ ਆਈਆਂ, ਇੰਨੇ ਸਿਟੀਆਂ ਤੋਂ ਆ ਗਈਆਂ, ਉਹਨਾਂ ਨੂੰ ਆਪਾਂ ਅਸੈਂਬਲੀ 'ਚ ਮਤਾ ਜਿਹੜਾ ਰਖਾਇਆ ਜਾਵੇ, ਬਿੱਲ ਪੇਸ਼ ਕਰਾਇਆ ਜਾਵੇ, 2-4 ਅਸੈਂਬਲੀ ਮੈਂਬਰਾਂ ਦੀ ਹਮਾਇਤ ਵੀ ਲਈ ਜਾਵੇ, ਉਹਨਾਂ ਨੂੰ ਇੰਡੋਰਸਮੈਂਟ ਕਰਾਈ ਜਾਵੇ, ਇਹ ਫਿਰ ਹੋ ਸਕਦਾ ਜੀ। ਬਿਲਕੁਲ, ਅਤੇ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਸਾਰਾ ਸਾਲ ਹੀ ਹੈਲਮਟ ਪਾਈਏ, ਉਹਨਾਂ ਨੂੰ ਕਹਿ ਸਕਦੇ ਹਾਂ ਵੀ ਸਾਨੂੰ ਕੋਈ ਪੀਰੀਅਡ ਇਹੋ ਜਿਹਾ ਦੇ ਦਿਉ। ਜੇ ਨਵੰਬਰ ਇੱਕ ਸਿੱਖ ਐਪਰੀਸ਼ੀਏਸ਼ਨ ਮੰਥ ਮਨਾਇਆ ਜਾਂਦਾ ਨਵੰਬਰ ਦਾ ਕੈਲੀਫੋਰਨੀਆ 'ਚ, ਹੋਰ ਵੀ ਕੁਛ ਸਟੇਟਾਂ 'ਚ ਹੈਗਾ, ਕਈਆਂ ਸਟੇਟਾਂ 'ਚ ਇਹ ਹੈਗਾ ਅਪ੍ਰੈਲ ਮੰਥ ਆ ਜਿਹੜਾ ਉਹ ਸਿੱਖ ਐਪਰੀਸ਼ੀਏਸ਼ਨ ਮੰਥ ਮਨਾਇਆ ਜਾਂਦਾ, ਉਹਨਾਂ ਨੂੰ ਉਸ ਮੰਥ ਦੌਰਾਨ ਇਹ ਜਿਹੜਾ ਇਹ ਖੁੱਲ੍ਹ ਛੁੱਟੀ ਜਿਹੜੀ ਆ ਉਹ ਲਈ ਜਾ ਸਕਦੀ ਆ ਇਨ ਦਾ ਬਿਗਨਿੰਗ, ਜੇ ਸਟਾਰਟਿੰਗ 'ਚ ਇਹੋ ਜਿਹੇ ਤਾਂ ਬਹੁਤ ਵਧੀਆ ਗੱਲ ਹੈ। ਹਾਂਜੀ ਰੰਧਾਵਾ ਸਾਹਿਬ ਜੀ, ਤੁਹਾਡਾ ਇਹ ਜਿਹੜੀ ਸਲਾਹ ਹੈ ਬਹੁਤ ਸ਼ਲਾਘਾਯੋਗ ਹੈਗੀ ਆ।
ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਇਸ ਤਰੀਕੇ ਦੇ ਨਾਲ ਇਹਨੂੰ ਅਡਾਪਟ ਕਰਕੇ ਅਤੇ ਆਪਾਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਭਾਵੇਂ ਛੋਟੀਆਂ ਛੋਟੀਆਂ ਪ੍ਰਾਪਤੀਆਂ ਨੇ ਪਰ ਇਹ ਜ਼ਰੂਰ ਮੁਕੰਮਲ ਕਰਨੀਆਂ ਚਾਹੀਦੀਆਂ। ਅਸੀਂ ਉਮੀਦ ਕਰਦੇ ਹਾਂ ਵੀ ਜਿਹੜੇ ਜਿਵੇਂ ਹੁਣ ਆਪਣੇ ਜਿਹੜੀਆਂ ਹੋਰ ਸੰਸਥਾਵਾਂ ਹੈਗੀਆਂ ਉਹ ਵੀ ਸਾਡੇ ਨਾਲ ਰਲ ਕੇ ਸਾਡਾ ਸਹਿਯੋਗ ਦੇਣ ਇਸ ਕਾਰਜ ਦੇ ਵਿੱਚ, ਕਿਉਂਕਿ ਆਪਣੀ ਮੈਂ ਇੱਕ ਗੱਲ ਨੂੰ ਹਾਸੇ ਵਿੱਚ ਨਹੀਂ ਖੜਨਾ ਚਾਹੁੰਦਾ ਪਰ ਕਿਸੇ ਹੁਣ ਮੈਂ ਆਪਣੇ ਆਪ ਦੇ ਵਿੱਚ ਵੀ ਜਿਵੇਂ ਅਸੀਂ ਆਪਣੇ ਸ਼ਹਿਰ ਦੇ ਵਿੱਚ ਸਟੋਕਟਨ ਦੇ ਵਿੱਚ ਜਿਹੜੀਆਂ ਲੋਕਲ ਜਿਹੜੀਆਂ ਸਟਰੀਟਾਂ ਹੈਗੀਆਂ ਸਾਡੀਆਂ ਗਲੀਆਂ ਉੱਥੇ ਇੱਦਾਂ ਬਿਨਾਂ ਹੈਲਮਟ ਤੋਂ ਚਲਾ ਲੈਂਦੇ ਹਾਂ ਤਾਂ ਜੇ ਪੁਲਿਸ ਵਾਲੇ ਸਾਨੂੰ ਦੇਖ ਵੀ ਲੈਂਦੇ ਆ ਉਹ ਇਸ਼ਾਰਾ ਕਰਕੇ ਸਾਨੂੰ ਲੰਘ ਜਾਂਦੇ ਵੀ ਹੈਲਮਟ ਪਾ ਲਓ, ਹੈ ਨਾ। ਅਤੇ ਇਹ ਇਹ ਜਿਵੇਂ ਇਹੋ ਜਿਹੀ ਇੱਕ ਜਿਹੜੀ ਰਿਲੇਸ਼ਨਸ਼ਿਪ ਆ ਜਿਹੜੀ ਉਸ ਤਰੀਕੇ ਦੇ ਨਾਲ ਸਾਨੂੰ ਬਣਾਉਣ ਲਈ ਬਹੁਤ ਜਦੋਂ ਜਦ ਕਰਨੀ ਪੈਂਦੀ ਆ ਅਸੀਂ ਕਰਨੀ ਚਾਹੀਦੀ ਹੈ। ਹਾਂਜੀ, ਬਹੁਤ ਵੀਰ ਇਹੋ ਜਿਹੇ ਹੈਗੇ ਨੇ ਜਿਹੜੇ ਔਲਰੇਡੀ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਇੱਦਾਂ ਚਲਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਹਾਂ ਸਾਨੂੰ ਉਹ ਜਿਹੜੀ ਆਜ਼ਾਦੀ ਆਪਾਂ ਕਹਿ ਦਿੰਦੇ ਵੀ ਉਹਦਾ ਅਹਿਸਾਸ ਸਾਨੂੰ ਹੋਣਾ ਚਾਹੀਦਾ ਹੈ। ਸਾਡੇ ਧਿਆਨ ਦੇ ਵਿੱਚ ਇਹ ਵੀ ਇੱਕ ਚੀਜ਼ ਆਈ ਸੀਗੀ ਕਿ ਕਿਸੇ ਨੇ ਕੋਸ਼ਿਸ਼ ਕੀਤੀ ਸੀਗੀ ਕਿ ਹਾਂ ਜਾਂ ਹੈਲਮਟ ਦੀ ਲੜਾਈ ਲੜੀ ਜਾਵੇ, ਉਹਨੇ ਕੁਝ ਸੰਸਥਾਵਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਵਾਬ ਇਹੋ ਹੀ ਮਿਲਿਆ ਕਿ ਹਾਂ ਜਾਂ ਤੁਸੀਂ ਆਪਣੀ ਟਿਕਟ ਪੇ ਕਰੋ। ਵੀ ਜਦੋਂ ਹੈਲਮਟ ਕਈਆਂ ਨੂੰ ਟਿਕਟ ਜਿਵੇਂ ਮਿਲ ਜਾਂਦੀ ਹੈ, ਹੈ ਨਾ, ਸੋ ਹੈਲਮਟ ਟਿਕਟ ਪੇ ਕਰੋ ਅਤੇ ਇਹ ਕੰਮ ਜਿਹੜਾ ਆ ਬਹੁਤ ਮੁਸ਼ਕਲ ਹੈਗਾ। ਪਰ ਅਸੀਂ ਉਮੀਦ ਇਹ ਕਰਦੇ ਹਾਂ ਵੀ ਦੇਖੋ ਜਿਹੜਾ ਵੀ ਕੋਈ ਵੀ ਕਾਰਜ ਮੁਸ਼ਕਲ ਵੀ ਹੋਵੇ, ਹੈ ਨਾ, ਜੇ ਆਪਾਂ ਸਾਰੇ ਇਹਨਾਂ ਚੀਜ਼ਾਂ ਤੋਂ ਜਾਂ ਆਪਾਂ ਉਹੋ ਜਿਹੀ ਜਿਹੜੇ ਵੱਖਰੇਵੇਂ ਆ ਉਹਨਾਂ ਤੋਂ ਉੱਪਰ ਉੱਠ ਕੇ ਇੱਕ ਭਾਈਚਾਰਕ ਸਾਂਝ ਦੇ ਨਾਲ ਅਸੀਂ ਕੋਈ ਵੀ ਚੀਜ਼ ਅਸੀਂ ਉਹ ਹਾਸਲ ਕਰ ਸਕਦੇ ਹਾਂ। ਅਤੇ ਇੱਕ ਇਹ ਬਹੁਤ ਵੱਡਾ ਉਪਰਾਲਾ ਹੋਊਗਾ, ਇੱਕ ਬਹੁਤ ਵੱਡੀ ਸਾਡੇ ਵਾਸਤੇ ਜਿੱਤ ਹੋਊਗੀ, ਪ੍ਰਾਪਤੀ ਹੋਊਗੀ ਜੇ ਅਸੀਂ ਕੈਲੀਫੋਰਨੀਆ ਦੇ ਵਿੱਚ ਸਪੈਸ਼ਲ, ਕਿਉਂਕਿ ਇਹੋ ਜਿਹੀ ਸਟੇਟ ਹੈਗੀ ਆ, ਕੁਝ ਜਿਵੇਂ ਨਿਊਯਾਰਕ ਹੈਗਾ ਵੀ ਇਹੋ ਜਿਹੀਆਂ ਸਟੇਟਾਂ ਹੈਗੀਆਂ ਜਿੱਥੇ ਬਹੁਤ ਇਹੋ ਜਿਹੀ ਜਿਹੜੀ ਆ ਕੰਪੇਨ ਆ ਬਹੁਤ ਮੁਸ਼ਕਲ ਆ ਵੀ ਅਸੀਂ ਇਹਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਾਂ। ਪਰ ਜੇ ਸਾਨੂੰ ਇਹ ਸਹਿਯੋਗ ਮਿਲੇ, ਸਿੱਖ ਮੋਟਰਸਾਈਕਲ ਕਲੱਬ ਵਚਨਬੰਧ ਹੈਗੀ ਆ ਵੀ ਅਸੀਂ ਆਪਣੀ ਲੜਾਈ ਜਿਵੇਂ ਜਿੰਨੀ ਮਰਜ਼ੀ ਲੰਬੀ ਹੋ ਜਾਵੇ ਇਹਦੇ 'ਤੇ ਆਪਾਂ ਇਹਨੂੰ ਚਾਲੂ ਰੱਖਣਾ ਹੈ ਅਤੇ ਇਹਦੇ 'ਤੇ ਆਪਾਂ ਪੂਰਾ ਪਹਿਰਾ ਦੇਣਾ ਹੈ, ਕਿਉਂਕਿ ਸਾਡੇ ਨਾਲ ਜਿਹੜੀਆਂ ਜਿਹੜੇ ਵਿਤਕਰੇਵੇਂ ਆ ਜਾਂ ਸਾਨੂੰ ਦੂਜੇ ਤਰੀਕੇ ਨਾਲ ਜਦੋਂ ਦੇਖਿਆ ਜਾਂਦਾ ਆ, ਅਸੀਂ ਦੂਸਰੇ ਭਾਈਚਾਰਿਆਂ ਦੇ ਵਿੱਚ ਜਦੋਂ ਜਾਂਦੇ ਹਾਂ ਅਸੀਂ ਆਪਣਾ ਜਦੋਂ ਹੈਲਮਟ ਲਾਉਂਦੇ ਹਾਂ ਉਹ ਸਾਨੂੰ ਦਸਤਾਰ ਦੇ ਵਿੱਚ ਦੇਖ ਕੇ ਔਲਰੇਡੀ ਉਹ ਇੱਕ ਇੱਕ ਤਰੀਕੇ ਦੇ ਨਾਲ ਜ਼ਰੂਰ ਵੱਖਰਾ ਜਿਹਾ ਦੇਖ ਕੇ, ਹੈ ਨਾ, ਕੁਝ ਪਲ ਲਈ ਜਿਹੜਾ ਉਹ ਆਪਾਂ ਨੂੰ ਸਾਨੂੰ ਵੱਖਰੇ ਹੋਣ ਦਾ ਅਹਿਸਾਸ ਦਵਾਉਂਦੇ ਨੇ। ਪਰ ਜਦੋਂ ਅਸੀਂ ਉਹਨਾਂ ਨਾਲ ਜਾਂਦੇ ਮਿਲਦੇ ਹਾਂ ਅਤੇ ਉਸ ਕੋਲ ਮਿਲਣ ਨਾਲ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਵੀ ਇਹ ਕਿਹੋ ਜਿਹੇ ਲੋਕ ਨੇ, ਤੋ ਅਸੀਂ ਆਪਣੇ ਆਪ ਨੂੰ ਜਦੋਂ ਰਿਪ੍ਰੈਜੈਂਟ ਕਰਦੇ ਹਾਂ ਜਾਂ ਅਸੀਂ ਕੌਣ ਆ ਜਾਂ ਸਾਡੇ ਗੁਰੂਆਂ ਤੋਂ ਸਾਨੂੰ ਕਿਹੋ ਜਿਹੀ ਸੇਧ ਮਿਲੀ ਹੈ, ਜਿਵੇਂ ਸੇਵਾ ਦਾ ਜਿਹੜਾ ਸਿਧਾਂਤ ਆ ਜਦੋਂ ਕਿਸੇ ਨਾਲ ਲੈ ਕੇ ਦੇਖ ਤੇ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਫਿਰ ਲੋਕਾਂ ਨੂੰ ਪਤਾ ਲੱਗਦਾ ਹੈ। ਸੋ ਇੱਕ ਇੱਕ ਤਰੀਕੇ ਦੇ ਨਾਲ ਆਪਣਾ ਇਹ ਇਹ ਔਲਰੇਡੀ ਅਸੀਂ ਉਹ ਜਿੱਤ ਨੂੰ ਔਲਰੇਡੀ ਹਾਸਲ ਕਰ ਰਹੇ ਹਾਂ, ਪਰ ਉਹ ਆਪਣੀਆਂ ਉਹਨਾਂ ਕਮਿਊਨਿਟੀਆਂ 'ਚ ਆ ਜਿਹੜੇ ਜਿਹੜੇ ਸਾਨੂੰ ਨਹੀਂ ਉਸ ਚੰਗੇ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ, ਫਿਰ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ, ਸਾਨੂੰ ਮੌਕਾ ਮਿਲ ਜਾਂਦਾ ਹੈ ਇਹ ਸੇਵਾ ਕਰਨ ਦਾ। ਸਤਨਾਮ ਸਿੰਘ ਜੀ, ਤੁਸੀਂ ਸਿੱਖ ਮੋਟਰਸਾਈਕਲ ਕਲੱਬ 'ਚ ਅਸੀਂ ਤੁਹਾਨੂੰ ਦੇਖਦੇ ਹਾਂ, ਤੁਸੀਂ ਗੁਰੂ ਘਰਾਂ 'ਚ ਜਿੰਨੇ ਵੀ ਨਗਰ ਕੀਰਤਨ ਹੁੰਦੇ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਤੁਹਾਡੇ ਮੋਟਰਸਾਈਕਲ ਆਉਂਦੇ ਆ। ਮੈਂ ਪਿਛਲੇ ਨਗਰ ਕੀਰਤਨ ਦੀ ਜੇ ਯੂਬਾ ਸਿਟੀ ਦੀ ਗੱਲ ਕਰਾਂ, ਮੇਰਾ ਖਿਆਲ ਆਲ ਟੁਗੈਦਰ 300 ਤੋਂ ਵੱਧ ਤੁਹਾਡੇ ਉੱਥੇ ਮੋਟਰਸਾਈਕਲ ਬਾਈਕਰ ਸੀਗੇ ਉੱਥੇ ਜਿਹੜੇ ਕਿ ਸ਼ਿੰਗਾਰ ਮੰਨ ਰਹੇ ਸੀਗੇ ਨਗਰ ਕੀਰਤਨ ਦਾ। ਕੁੱਲ ਮਿਲਾ ਕੇ ਕਿੰਨੇ ਕੁ ਮੋਟਰਸਾਈਕਲ ਬਾਈਕਰ ਜਿਹੜੇ ਹੈਗੇ ਆ ਇੱਥੇ ਕਲੱਬ 'ਚ, ਟੋਟਲ ਜਿਹੜੇ ਕਲੱਬਸ ਕਿੰਨੇ ਆ ਅਤੇ ਕਿੰਨੇ ਕੁ ਮੈਂਬਰ ਹੈਗੇ ਆ ਇਸ ਵੇਲੇ? ਹਾਂਜੀ, ਸਾਡੇ ਤਾਂ 24 ਮੈਂਬਰ ਨੇ। ਅੱਛਾ, ਵੱਖਰੇ ਵੱਖਰੇ ਸ਼ਹਿਰਾਂ ਤੋਂ ਆ। ਅੱਛਾ, ਆਉਂਦੇ ਵੱਖਰੇ ਵੱਖਰੇ ਆ, ਕਲੱਬ ਵੱਖਰੇ ਵੱਖਰੇ ਆ। ਹਾਂਜੀ ਹਾਂਜੀ, ਪਰ ਇਕੱਠੇ ਤੁਸੀਂ ਹੋ ਜਾਂਦੇ ਇੱਕ। ਹਾਂਜੀ, ਨਗਰ ਕੀਰਤਨਾਂ ਦੇ ਇਹੋ ਹੀ ਇੱਕ ਮੌਕਾ ਹੁੰਦਾ ਹੈ ਜਿੱਥੇ ਜਿਹੜੇ ਦੂਜੇ ਕਲੱਬਸ ਮੈਂਬਰਸ ਹੁੰਦੇ ਆ ਉਹ ਸਾਰੇ ਇਕੱਠੇ ਫਿਰ ਚੱਲਦੇ, ਉਹ ਵੀ ਉੱਥੇ ਯੂਨਿਟੀ ਬਣ ਜਾਂਦੀ ਹੈ, ਕਰਦੇ ਨੇ। ਹਾਂਜੀ, ਓਕੇ, ਵੈਰੀ ਗੁੱਡ। ਸੋ ਇਹ ਵੀ ਇੱਕ ਵੱਡਾ ਏਮ ਆ ਸਾਡਾ ਵੀ ਆਪਾਂ ਜਿਵੇਂ ਰਲ ਮਿਲ ਕੇ ਬਹਿਣ ਦਾ ਜਿਹੜਾ ਨਾ ਇਸ ਭਾਗ ਸਾਡੇ 'ਚ ਹੈ ਨਹੀਂ ਗਾ, ਸਾਨੂੰ ਲੋੜ ਹੈਗੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਪ੍ਰੋਜੈਕਟ ਦੀ ਗੱਲ ਕਰੀਏ ਜਾਂ ਕਿਸੇ ਵੀ ਮੁਸ਼ਕਲ ਦੀ ਗੱਲ ਕਰੀਏ ਵਿਦੇਸ਼ਾਂ ਦੇ ਵਿੱਚ, ਤਾਂ ਸਾਨੂੰ ਇੱਕ ਸਾਂਝੇ ਤਰੀਕੇ ਦੇ ਨਾਲ ਬਹੁਤ ਜਿਹੜੇ ਕਾਰਜ ਜਿਹੜੇ ਆ ਉਹ ਰਲ ਮਿਲ ਕੇ ਜਿਹੜੇ ਕਰਨੇ ਚਾਹੀਦੇ ਆ, ਹੈ ਨਾ ਜੀ, ਬਿਲਕੁਲ। ਸੋ ਆਪਣੀ ਕੋਸ਼ਿਸ਼ ਇਹ ਹਮੇਸ਼ਾ ਰਹਿੰਦੀ ਆ ਵੀ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਪਿਆਰ ਦੇ ਨਾਲ ਪਿਆਰ ਬਣਾਈ ਰੱਖਣਾ ਚਾਹੀਦਾ ਆ, ਅਤੇ ਤਾਂ ਕਿ ਜਿਹੜੀਆਂ ਦੂਜੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਦੂਜੀਆਂ ਵੱਖਰੀਆਂ ਕਲੱਬਾਂ ਨੇ ਉਹਨਾਂ ਨੂੰ ਵੀ ਲੋੜ ਹੈਗੀ ਆ ਵੀ ਉਹ ਵੀ ਸਾਡਾ ਜਿਵੇਂ ਜਿਹੜਾ ਸਾਥ ਸਾਂਝਾ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਸਿੱਖ ਮੋਟਰਸਾਈਕਲ ਕਲੱਬ ਨੇ ਜਿਹੜੀਆਂ ਮੱਲਾਂ ਮਾਰੀਆਂ ਹੋਈਆਂ ਨੇ ਦੂਜੇ ਦੇਸ਼ਾਂ ਦੇ ਵਿੱਚ, ਹੈ ਨਾ, ਜੇ ਅਸੀਂ ਕੈਲੀਫੋਰਨੀਆ ਦੇ ਵਿੱਚ ਲਾ ਲਓ ਜਾਂ ਨਿਊਯਾਰਕ ਦੇ ਵਿੱਚ ਲਾ ਲਓ, ਧਰਤੀ ਦੇ ਵੱਖ ਵੱਖ ਜਿਹੜੀਆਂ ਸਟੇਟਾਂ ਹੈਗੀਆਂ ਨੇ ਉੱਥੇ ਆਪਣੇ ਨਾਲ ਬਹੁਤ ਮੈਂਬਰ ਜਿਹੜੇ ਆ ਉਹ ਸਾਈਕ ਹੋ ਰਹੇ ਨੇ, ਆਪਣਾ ਇੰਟਰਸਟ ਦਿਖਾ ਰਹੇ ਨੇ ਵੀ ਉਹ ਵੀ ਕਲੱਬ ਮੈਂਬਰ ਬਣਨਾ ਚਾਹੁੰਦੇ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਉਹ ਵੀ ਸੁਣਨੀਆਂ ਪੈਣੀਆਂ,
ਤੇ ਉਹਦੇ ਨਾਲ ਇਹੋ ਹੀ ਹੋ ਸਕਦਾ ਹੈ ਕਿ ਜਿਹੜੀਆਂ ਦੂਜੀਆਂ ਕਲਬਾਂ ਇੱਥੇ ਜਿਹੜੀਆਂ ਆਪਣੀਆਂ ਪੰਜਾਬੀ ਕਲਬਾਂ ਹੈਗੀਆਂ ਨੇ ਉਹਨਾਂ ਦੇ ਨਾਲ ਵੀ ਰਲ ਕੇ ਸਾਨੂੰ ਇੱਕ ਦੂਜੇ ਦੇ ਨਾਲ ਜਿਹੜੀ ਸਪੋਰਟ ਬਣਾਈ ਰੱਖਣੀ ਚਾਹੀਦੀ ਹੈ। ਤੋ ਨਗਰ ਖੇਤਰਾਂ ਦੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਵੀ ਜਦੋਂ ਉਹ ਵੀ ਪਹੁੰਚਦੇ ਆ ਫਿਰ ਕੁਝ ਵਿਚਾਰਾਂ ਕਰਨ ਨੂੰ ਗੱਲਾਂ ਕਰਨ ਨੂੰ ਮਿਲਦਾ। ਹਾਂਜੀ, ਪਰ ਇਹ ਜਿਹੜੇ ਕਲੱਬ ਇਕੱਲੇ ਨਗਰ ਕੀਰਤਨਾਂ ਤੱਕ ਹੀ ਸੀਮਤ ਹੈ ਕਿ ਹੋਰ ਵੀ ਤੁਸੀਂ ਕੋਈ ਸਮਾਜ ਭਲਾਈ ਦਾ ਕੰਮ ਕਰਦੇ? ਜੀ ਬਿਲਕੁਲ, ਬਹੁਤ ਜ਼ਿਆਦਾ ਐਕਟੀਵਿਟੀਜ਼ ਹੈਗੀਆਂ ਨੇ ਕਿਉਂਕਿ ਇੱਦਾਂ ਹੈਗਾ ਆ ਕਿ ਜਿਵੇਂ ਆਪਣੇ ਲਾ ਲਓ ਜਿਵੇਂ ਸਾਡੀ ਸਭ ਤੋਂ ਪਹਿਲੀ ਜਿਹੜੀ ਰਾਈਡ ਸੀਗੀ, ਸਾਡਾ ਸਭ ਤੋਂ ਪਹਿਲਾ ਇਵੈਂਟ ਸੀਗਾ 2019 ਦੇ ਵਿੱਚ, ਉਹ ਸੀਗਾ ਜਿਹੜੀ ਆਪਣੀ ਆਜ਼ਾਦੀ ਦਿਵਸ 'ਤੇ, ਹੈ ਨਾ, 4th of July 'ਤੇ ਜਦੋਂ ਪਰੇਡ ਅਮੈਰੀਕਾ ਦੀ ਆਜ਼ਾਦੀ ਦੇ, ਹਾਂਜੀ ਅਮੈਰੀਕਾ ਦੀ ਆਜ਼ਾਦੀ ਦੇ ਜਦੋਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਪਰੇਡਸ ਨਿਕਲਦੇ ਆ ਅਤੇ ਆਪਣੇ ਜਿਹੜੇ ਦੂਜੇ ਕਲੱਬ ਹੈਗੇ ਆ ਉਹ ਵੀ ਸ਼ਮੂਲੀਅਤ ਕਰਦੇ ਆ ਉਹਨਾਂ ਦੇ ਵਿੱਚ। ਅਤੇ ਇੱਕ ਹੈਗਾ ਆ ਕਿ ਆਮ ਤੌਰ 'ਤੇ ਕੋਈ ਨਾ ਕੋਈ ਚੈਰੀਟੇਬਲ ਕੌਜ਼ ਹੁੰਦਾ ਆ, ਕੈਂਸਰ ਸੁਸਾਇਟੀ ਹੈਗੀ ਆ, ਡਾਇਬਿਟੀਜ਼ ਸੁਸਾਇਟੀਜ਼ ਹੈਗੀਆਂ ਨੇ, ਜਾਂ ਕੁਝ ਟੋਇਸ ਰਾਈਡ ਹੈਗੀਆਂ ਨੇ ਬੱਚਿਆਂ ਦੇ ਜਦੋਂ ਬੈਕ ਟੂ ਸਕੂਲ ਲਾ ਲਓ, ਇਹੋ ਜਿਹੇ ਜਦੋਂ ਵੀ ਕਿਤੇ ਕੋਈ ਨਾ ਕੋਈ ਇਵੈਂਟਸ ਆਉਂਦੇ ਨੇ ਉਦੋਂ ਜਿਹੜੀਆਂ ਆਪਣੀਆਂ ਕਲੱਬਾਂ ਨੇ ਉਹ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ। ਤੁਹਾਡੇ ਆਉਣ ਵਾਲੇ ਦਿਨਾਂ 'ਚ ਸਾਨੂੰ ਪਤਾ ਲੱਗਿਆ ਕਿ ਇੱਕ ਬਹੁਤ ਲੰਮੀ ਰਾਈਡ ਤੁਸੀਂ ਕਰਨ ਜਾ ਰਹੇ ਹੋ, ਸਟੋਕਟਨ ਟੂ ਵਿਸਕਾਂਸਨ। ਵਿਸਕਾਂਸਨ ਉਹ ਥਾਂ ਆ ਜਿੱਥੇ ਕਿਸੇ ਨੇ ਗੋਲੀਆਂ ਚਲਾ ਕੇ ਅਤੇ 6 ਸਿੱਖ ਜਿਹੜੇ ਸ਼ਹੀਦ ਕਰਤੇ ਸੀ ਅਤੇ ਕੁਛ ਹੋਰ ਵੀ ਜ਼ਖਮੀ ਹੋਏ ਸੀ, ਉਹਦੇ ਵਿੱਚ ਪੁਲਿਸ ਵਾਲੇ ਵੀ ਜ਼ਖਮੀ ਹੋਏ ਸੀ। ਉਸ ਗੁਰੂ ਘਰ ਤੱਕ ਤੁਸੀਂ ਗਦਰੀ ਬਾਬਿਆਂ ਦੀ ਥਾਂ ਤੋਂ ਵਿਸਕਾਂਸਨ ਗੁਰੂ ਘਰ ਤੱਕ ਤੁਸੀਂ ਜਾ ਰਹੇ ਹੋ, ਉਹਦੇ ਬਾਰੇ ਕੀ ਵਿਸਥਾਰ ਨਾਲ ਦੱਸਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਜੀ ਬਿਲਕੁਲ, ਇਹ ਬੜੀ ਇੱਕ ਇਹੋ ਜਿਹੀ ਦੁਰਘਟਨਾ ਸੀਗੀ ਕਿ ਜਿਵੇਂ ਸਿੱਖ ਭਾਈਚਾਰੇ ਨੂੰ ਬਹੁਤ ਵੱਡੀ ਠੇਸ ਪਹੁੰਚੀ ਸੀ 2012 ਦੇ ਵਿੱਚ। ਉਹ ਤੋਂ ਪਹਿਲਾਂ ਆਪਣੇ 2011 ਦੇ ਵਿੱਚ ਜਿਹੜੇ ਬਲਬੀਰ ਸਿੰਘ ਸੋਢੀ ਸੀਗੇ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਸੀਗੇ। ਤਾਂ ਹੁਣ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੀ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਜਦੋਂ ਇਹੋ ਜਿਹੀ ਲੰਬੀ ਰਾਈਡ ਆ, ਅਸੀਂ ਸਟੋਕਟਨ ਗੁਰਦੁਆਰਾ ਸਾਹਿਬ ਇੱਕ ਪ੍ਰੋਗਰਾਮ ਰੱਖਿਆ 30 July ਨੂੰ, ਉੱਥੇ ਇੰਟਰਫੇਥ ਇਵੈਂਟ ਹੈਗਾ ਜਿਹੜਾ ਸਰਬ ਧਰਮ ਸੰਮੇਲਨ ਹੋਵੇਗਾ, ਉਹਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਦੂਜੇ ਧਰਮਾਂ ਦੇ ਜਿਹੜੇ ਹੈਗੇ ਨੇ ਲੀਡਰਸ ਹੈਗੇ ਨੇ ਉਹ ਵੀ ਸ਼ਮੂਲੀਅਤ ਕਰਨ, ਤਾਂ ਕਿ ਅਸੀਂ ਉਹਨਾਂ ਨੂੰ ਆਪਣੀ ਮੁਸ਼ਕਿਲ ਦੱਸ ਸਕੀਏ ਅਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਮੁਸ਼ਕਿਲਾਂ ਹੁੰਦੀਆਂ, ਉਹਨਾਂ ਨੂੰ ਵੀ ਕਈ ਮੁਸ਼ਕਿਲਾਂ ਆਉਂਦੀਆਂ ਨੇ, ਉਹ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਨੇ। ਅਤੇ ਇਹਦੇ ਨਾਲ ਨਾਲ ਅਸੀਂ ਜਿਹੜੀ ਅਵੇਅਰਨੈਸ, ਆਪਣੇ ਆਈਡੈਂਟੀ ਦੀ ਅਵੇਅਰਨੈਸ ਹੈਗੀ ਆ, ਜਾਂ ਜਿਹੜੀ ਸੇਫਟੀ ਹੈਗੀ ਆ, ਜਿਹੜੇ ਚੈਲੰਜਸ ਹੈਗੇ ਆ, ਉਹਨਾਂ ਨੂੰ ਆਪਣੇ ਆਮ ਮੀਡੀਆ, ਆਮ ਜਨਤਾ ਤੱਕ ਪਹੁੰਚਾਉਣ ਵਾਸਤੇ ਇੱਕ ਕੋਸ਼ਿਸ਼ ਹੈਗੀ ਆ, ਉਪਰਾਲਾ ਹੈਗਾ। ਅਤੇ ਅਸੀਂ 31 July ਨੂੰ ਸਟੋਕਟਨ ਗੁਰਦੁਆਰਾ ਸਾਹਿਬ ਤੋਂ ਅਰਦਾਸਾਂ ਸੋਧ ਕੇ ਉੱਥੋਂ ਚਾਲੇ ਪਾਵਾਂਗੇ ਅਤੇ ਐਰੀਜ਼ੋਨਾ ਦੇ ਵਿੱਚ ਜਿਹੜੀ ਉੱਥੋਂ ਦੀ ਜਿਹੜੀ ਕਮਿਊਨਿਟੀ ਹੈਗੀ ਆ, ਫੀਨਿਕਸ ਐਰੀਜ਼ੋਨਾ ਲੋਕਲ ਸੰਗਤ ਜਿਹੜੀ, ਹਾਂਜੀ, ਉਹਨਾਂ ਦੇ ਨਾਲ ਆਪਣੀ ਮੁਲਾਕਾਤ ਵੀ ਹੋਵੇਗੀ। ਉੱਥੇ ਇੰਟਰਫੇਥ ਇਵੈਂਟ ਉੱਥੇ ਵੀ ਰੱਖਿਆ ਹੋਇਆ ਹੈ, ਉੱਥੇ ਅਸੀਂ ਬਲਬੀਰ ਸਿੰਘ ਸੋਢੀ ਉਹਨਾਂ ਨੂੰ ਵੀ ਸ਼ਰਧਾਂਜਲੀ ਦੇ ਰਿਹਾ। ਅਤੇ ਉਸ ਤੋਂ ਬਾਅਦ ਆਪਾਂ ਵਿਸਕੌਨਸਨ ਨੂੰ ਜਾ ਰਹੇ ਹਾਂ, ਉੱਥੇ ਜਾ ਕੇ ਉਹਨਾਂ ਦਾ 5 August ਤੋਂ ਲੈ ਕੇ 7 August ਤੱਕ ਉਹਨਾਂ ਦੇ ਉੱਥੇ ਸਮਾਗਮ ਚੱਲ ਰਹੇ ਨੇ, ਉਹਨਾਂ ਦੇ ਜਿਹੜੇ ਸ਼ਰਧਾਂਜਲੀ ਸਮਾਗਮ ਹੈਗੇ ਅਸੀਂ ਉਹਨਾਂ ਦੇ ਵਿੱਚ ਵੀ ਹਿੱਸਾ ਲੈਣਾ ਹੈ। ਜੀ ਬਹੁਤ ਅੱਛੇ। ਇਹ ਜਿਹੜਾ ਸਾਰਾ ਰੂਟ ਹੈ ਇਹ ਤਾਂ ਤੁਹਾਨੂੰ ਫਿਰ ਹੈਲਮਟ ਪਾ ਕੇ ਜਾਣਾ ਪੈਣਾ ਉੱਥੇ, ਕੋਈ ਲੰਮਾ ਰੂਟ ਹੈ? ਜੀ ਬਿਲਕੁਲ, ਕੁਝ ਸਟੇਟਾਂ ਦੇ ਵਿੱਚ ਜਿਵੇਂ ਕਿ ਕੈਲੀਫੋਰਨੀਆ, ਕੁਝ ਸਟੇਟਾਂ ਦੇ ਵਿੱਚ ਸਾਡੇ ਕੋਲ ਉਹ ਇਜਾਜ਼ਤ ਨਹੀਂ ਹੋਵੇਗੀ, ਪਰ ਜਿਵੇਂ ਅਸੀਂ ਐਰੀਜ਼ੋਨਾ ਦੀ ਜੂਏ ਤੋਂ ਉੱਧਰ ਪਹੁੰਚਦੇ ਹਾਂ ਜਦੋਂ, ਤਾਂ ਸਾਨੂੰ ਇਹ ਇੱਕ ਬਿਨਾਂ ਹੈਲਮਟ ਤੋਂ ਚਲਾਉਣ ਦਾ ਉੱਥੇ ਮੌਕਾ ਮਿਲੂਗਾ ਥਰੂ ਆਊਟ ਦ ਸਟੇਟ। ਜਿਵੇਂ ਕੁਝ ਸਟੇਟਾਂ ਜਿਹੜੀਆਂ ਵਿਚਕਾਰ ਹੈਗੀਆਂ ਨੇ ਉੱਥੇ ਅਸੀਂ ਬਿਨਾਂ ਹੈਲਮਟ ਤੋਂ ਹੀ ਚਲਾਵਾਂਗੇ, ਕਿਉਂਕਿ ਆਪਣੇ ਕਲੱਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਦਸਤਾਰਾਂ ਬੰਨਦੇ ਨੇ ਮੈਂਬਰਸ ਜਿਹੜੇ ਆ, ਅਤੇ ਉਹਨਾਂ ਦੀ ਸਾਰਿਆਂ ਦੀ ਇੱਕ ਉਹਨਾਂ ਵਾਸਤੇ ਇੱਕ ਮੌਕਾ ਉਹਨਾਂ ਨੂੰ ਮਿਲੂ, ਨਵੀਂ ਓਪਰਚੁਨਿਟੀ ਮਿਲੀ। ਹਾਂਜੀ, ਕਿ ਕਿਹੋ ਜਿਹਾ ਅਹਿਸਾਸ, ਕਿਹੋ ਜਿਹਾ ਹੁੰਦਾ ਆ ਅਸੀਂ ਜਿਹੜੀ ਮੁਹਿੰਮ ਚਲਾਉਣ ਜਾ ਰਹੇ ਹਾਂ ਹੈਲਮਟ ਐਗਜੈਂਪਸ਼ਨ ਦੀ, ਉਹ ਅਸੀਂ ਆਪਣੀ ਜਿਹੜੀ ਸੇਫਟੀ, ਮੰਨ ਲਓ ਜਿਵੇਂ ਸਪੀਡ ਆ, ਹੈ ਨਾ, ਸੋ ਉਹਨਾਂ ਨੂੰ ਇੱਕ ਅਹਿਸਾਸ ਹੋਵੇਗਾ ਵੀ ਹਾਂ ਜਾਂ ਅਸੀਂ ਕਿਹੜੀ ਮੁਹਿੰਮ ਦੀ ਅਸੀਂ ਗੱਲ ਕਰਨੀ ਅਤੇ ਉਹਦੀਆਂ ਕਿਹੋ ਜਿਹੀਆਂ ਮੁਸ਼ਕਿਲਾਂ ਹੋਣਗੀਆਂ। ਇੱਥੋਂ ਜਦੋਂ ਸ਼ੁਰੂ ਹੋਣਾ ਕਿੰਨੇ ਮੋਟਰਸਾਈਕਲ ਤੁਹਾਡੇ ਨਾਲ ਚੱਲ? ਸਾਡੇ ਨਾਲ 12 ਮੈਂਬਰਸ ਜਿਹੜੇ ਆ ਉਹਨਾਂ ਨੇ ਆਪਣੀ ਕਮਿਟਮੈਂਟ ਕੀਤੀ ਹੋਈ ਆ, ਇਹ ਹੈਗੇ ਆਪਣੇ ਕਲੱਬ ਦੇ ਜਿਹੜੇ ਮੈਂਬਰਸ ਨੇ, ਅਤੇ ਦੂਜੀਆਂ ਕਲੱਬਾਂ ਦੇ ਵਿੱਚ ਸਾਡੇ ਨਾਲ 2 ਹੋਰ ਕਲੱਬਾਂ ਨੇ ਜਿਹੜੀਆਂ ਰਲ ਕੇ ਚੱਲ ਰਹੀਆਂ ਨੇ ਆਪਣੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ, ਅਤੇ ਉਹਨਾਂ ਨੇ ਵੀ ਸਾਡੇ ਨਾਲ ਜਾਣਾ ਆ। ਰਸਤੇ 'ਚ ਵੀ ਕੋਈ ਇਹੋ ਜਿਹਾ ਸਪੋਟ ਹੈ ਜਿੱਥੋਂ ਹੋਰ ਵੀ ਜੁੜ ਸਕਦੇ? ਹਾਂਜੀ ਬਿਲਕੁਲ, ਅਸੀਂ ਜਿਵੇਂ ਐਲ ਏ ਦਾ ਸਾਡੀ ਜਿਹੜੀ ਫੇਸਬੁੱਕ, ਹਾਂਜੀ, ਇਵੈਂਟ ਪੇਜ ਜਿਹੜਾ ਹੈਗਾ ਆ ਉਹਦੇ 'ਤੇ ਅਸੀਂ ਪੂਰੀ ਡਿਟੇਲ ਜਿਹੜੀ ਆ ਉਹ ਲੈ ਕੇ ਜਾਵਾਂਗੇ, ਜਿਹੜੇ ਸਾਡੇ ਵੱਖਰੇ ਵੱਖਰੇ ਸਟੋਪਸ ਹੈਗੇ ਆ ਉੱਥੇ, ਸਾਨੂੰ ਜਿਹੜੇ ਰਾਈਡਰਸ ਆ ਕੋਈ ਵੀ ਆ, ਜੇ ਉਹ ਨਹੀਂ ਵੀ ਕਿਸੇ ਕਲੱਬ ਨਾਲ ਸੰਬੰਧਿਤ, ਹੈ ਨਾ, ਕੋਈ ਇਕੱਲਾ ਵੀ ਚਲਾ ਰਿਹਾ ਆ ਉਹ ਵੀ ਸਾਡੇ ਨਾਲ ਜੁੜ ਸਕਦਾ ਆ, ਕਿਉਂਕਿ ਸਾਨੂੰ ਇਹ ਲੋੜ ਹੈਗੀ ਆ ਵੀ ਜਿਹੜਾ ਪ੍ਰੋਗਰਾਮ ਆ ਅਸੀਂ ਪੂਰੇ ਅਮੈਰੀਕਾ ਦੇ ਵਿੱਚ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਆ ਜਾਂ
ਜਿਹੜੇ ਲੋਕ ਨਹੀਂ ਵੀ ਸਾਨੂੰ ਜਾਣਦੇ ਉਹ ਜਦੋਂ ਸਾਨੂੰ ਰੋਡ 'ਤੇ ਜਦੋਂ ਦੂਜੀਆਂ ਸਟੇਟਾਂ 'ਚ ਅਸੀਂ ਰੋਡ 'ਤੇ ਬਿਨਾਂ ਹੈਲਮੈਟ ਤੋਂ ਜਾਵਾਂਗੇ ਅਤੇ ਬੰਦੇ ਦੇ ਮਨ ਦੇ ਵਿੱਚ ਸਵਾਲ ਤਾਂ ਜ਼ਰੂਰ ਆਏਗਾ ਵੀ ਇਹ ਲੋਕ ਕੌਣ ਹਨ ਜੀ ਉਹ ਗੂਗਲ ਵੀ ਸਰਚ ਕਰਨਗੇ ਸਰਚ ਕਰਨਗੇ ਜੀ ਅਤੇ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਵੀ ਰਸਤੇ ਤੁਸੀਂ ਫਲਾਇਰ ਵੀ ਵੰਡਦੇ ਜਾਓ ਵੀ ਹੂ ਵੀ ਆਰ ਬਿਲਕੁਲ ਜੀ ਸਾਡੀ ਉਹ ਕੋਸ਼ਿਸ਼ ਰਹੇਗੀ ਕਿਉਂਕਿ ਇਹ ਮੇਰਾ ਇੱਕ ਸੁਜੈਸ਼ਨ ਹੈ ਵੀ ਤੁਸੀਂ ਇਹ ਜ਼ਰੂਰ ਰਸਤੇ 'ਚ ਕਰੋ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਹਾਂਜੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਜਿੱਥੇ ਵੀ ਰੁਕਾਂਗੇ ਉੱਥੇ ਫਲਾਇਰਸ ਜਾਂ ਬੁੱਕਸ ਤੁਸੀਂ ਯਾਦ ਕਰਾ ਦਿੱਤਾ ਇਹ ਜ਼ਰੂਰ ਲੱਗੇਗਾ ਇਹ ਬਹੁਤ ਜ਼ਰੂਰੀ ਹੈ ਕਿ ਬੁੱਕਲੈਟ ਹੋਵੇ ਧੰਨਵਾਦ ਉਹਦਾ ਟਾਈਟਲ ਹੀ ਹੋਵੇ ਹੂ ਵੀ ਆਰ ਹੂ ਦਾ ਸਿੱਖਸ ਆਰ ਇਸ ਤਰ੍ਹਾਂ ਦਾ ਕੋਈ ਬਣਾ ਕੇ ਅਤੇ ਉਹਦੇ 'ਚ ਥੋਰੋਲੀ ਮੇਰੇ ਹਿਸਾਬ ਨਾਲ ਸਿੱਖੀ ਬਾਰੇ ਦੱਸਿਆ ਜਾਵੇ ਅਤੇ ਇਹਦੀ ਜਿਹੜੀ ਬੈਕਗਰਾਊਂਡ ਆ ਅਮੈਰੀਕਾ 'ਚ ਕਿੰਨੇ ਦੇਰ ਤੋਂ ਜਿਹੜੇ ਸਿੱਖ ਆ ਉਹ ਸਾਡੇ ਇੱਥੇ ਰਹਿ ਰਹੇ ਆ ਕੀ ਉਹਨਾਂ ਦੀਆਂ ਪ੍ਰਾਪਤੀਆਂ ਇਹ ਸਾਰੀਆਂ ਗੱਲਾਂ ਜੇ ਉਹਦੇ 'ਚ ਹੋਣ ਤਾਂ ਮੇਰਾ ਖਿਆਲ ਆ ਵੀ ਲੋਕਾਂ ਨੂੰ ਜ਼ਿਆਦਾ ਪਤਾ ਲੱਗੇਗਾ ਜ਼ਰੂਰ ਜੀ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਜੀ ਇਹ ਨਾ ਕਰੀਏ ਵੀ ਆਪਾਂ ਤੇਲ ਫੂਕ ਕੇ ਇੱਧਰੋਂ ਗਏ ਅਤੇ ਉੱਧਰ ਚਲੇ ਜਾਈਏ ਅਤੇ ਰਸਤੇ ਵਾਲੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਕਿਸੇ ਨੂੰ ਵੀ ਨਹੀਂ ਜੀ ਸੋ ਸਾਡੇ ਅਸੀਂ ਜਿਵੇਂ ਇਸ ਰਾਈਡ ਦੇ ਵਿੱਚ ਵਿੱਚ ਨਾਲ ਸਾਡੇ ਨਾਲ ਇੱਕ ਟ੍ਰੇਲਰ ਹੋਊਗਾ ਜਿਹਦੇ ਜਿਹਦੇ 'ਤੇ ਅਸੀਂ ਸਪੈਸ਼ਲ ਇਹ ਜਿਹੜਾ ਮੈਸੇਜ ਹੈਗਾ ਆ ਉਹ ਨਾਲ ਨਾਲ ਚੱਲਦਿਆਂ ਸਾਡਾ ਜਿਵੇਂ ਉਹਨੂੰ ਅਸੀਂ ਟ੍ਰੇਲਰ ਦੇ ਬੈਨਰ ਲਾਓ ਹਾਂਜੀ ਤਾਂ ਕਿ ਉਹਨਾਂ ਦੀ ਸਿੱਖੀ ਦੀਆਂ ਫੋਟੋਆਂ ਲਾਓ ਉਹਦੇ 'ਤੇ ਜਿਹੜੇ ਸਾਡੇ ਮਿਲਟਰੀ 'ਚ ਜਿਹੜੇ ਹਾਈ ਰੈਂਕ ਦੇ ਜਿਹੜੇ ਆਫਿਸਰ ਉਹਨਾਂ ਦੀਆਂ ਫੋਟੋਆਂ ਵੀ ਹੋਣ ਅਤੇ ਜਿਹੜੇ ਸਾਡੇ ਸ਼ਹੀਦ ਵੀ ਕੁਛ ਸਿੱਖ ਹੋਏ ਆ ਉਹਨਾਂ ਦੀਆਂ ਫੋਟੋਆਂ ਜੇ ਲਾਈਆਂ ਜਾਣ ਆਰਮੀ 'ਚ ਜਿਹੜੇ ਸੀਗੇ ਅਤੇ ਇਹ ਬੜਾ ਇਹਦਾ ਇੰਪੈਕਟ ਪੈਂਦਾ ਇਹਦਾ ਅਤੇ ਇਫੈਕਟ ਪੈਂਦਾ ਇਹਦਾ ਜ਼ਰੂਰੀ ਹੈ ਸਾਰਾ ਹਾਂਜੀ ਇਹ ਜਿਹੜਾ ਸਾਰਾ ਮੈਸੇਜ ਹੈਗਾ ਇਹ ਰਾਈਡ ਅਗੇਂਸਟ ਹੇਟ ਅਸੀਂ ਇਹਦਾ ਨਾਮ ਵੀ ਇਹੋ ਰੱਖਿਆ ਜੀ ਬਿਲਕੁਲ ਅਤੇ ਉਹਦੇ ਨਾਲ ਕੀ ਆ ਕਿ ਜਿੰਨੀ ਵੀ ਜਾਗਰੂਕਤਾ ਲਿਆ ਸਕਦੇ ਹਾਂ ਆਪਣੀ ਸਾਡੀ ਕੋਸ਼ਿਸ਼ ਰਹੇਗੀ ਸਾਡੀ ਨਿਮਾਣੀ ਜੀ ਕੋਸ਼ਿਸ਼ ਆ ਗੁਰੂ ਮਹਾਰਾਜ ਕਿਰਪਾ ਕਰਨ ਭਲਾ ਕਰਨ ਤਾਂ ਕਿ ਸੰਗਤ ਦਾ ਜਿਹੜਾ ਪਿਆਰ ਅਰਦਾਸ ਆ ਉਹਦੇ ਨਾਲ ਹੀ ਸਾਰੇ ਇਹੋ ਜਿਹੇ ਕਾਰਜ ਜਿਹੜੇ ਆ ਉਹ ਮੁਕੰਮਲ ਹੁੰਦੇ ਆ ਜੀ ਬਹੁਤ ਵਧੀਆ ਉਪਰਾਲਾ ਸਤਨਾਮ ਸਿੰਘ ਜੀ ਤੁਸੀਂ ਜਦੋਂ ਮੋਟਰਸਾਈਕਲ ਦਾ ਲਾਇਸੈਂਸ ਲਿਆ ਸੀ ਘਰ ਦੇ ਵੀ ਔਖੇ ਹੋਣੇ ਆ ਲਾਇਸੈਂਸ ਕਿਉਂ ਲੈ ਲਿਆ ਕਿਉਂਕਿ ਇੱਕ ਇਹੋ ਜਿਹੀ ਅਮੈਰੀਕਾ 'ਚ ਜਾਂ ਕੈਨੇਡਾ 'ਚ ਇੱਕ ਅਜਿਹੀ ਇਹ ਰਾਈਡ ਆ ਕਿ ਖਤਰਨਾਕ ਗਿਣੀ ਜਾਂਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਇਹ ਲਾਇਸੈਂਸ ਲੈਣਾ ਉਹਨਾਂ ਨੂੰ ਸੇਫਟੀ ਲਈ ਕੀ ਕਰਨਾ ਚਾਹੀਦਾ ਜੀ ਮੈਂ ਆਪਣੇ ਪਿਆਰ ਦੇ ਮੈਂ ਆਪਣੇ ਨਾ ਪਰਿਵਾਰ ਦੇ ਨਾਲ ਬਹੁਤ ਪਿਆਰ ਦੇ ਤਰੀਕੇ ਦੇ ਨਾਲ ਰਹਿੰਦਾ ਹਾਂ ਤੋ ਮਨਜ਼ੂਰੀ ਕਈ ਵਾਰ ਮੇਰੀ ਆਦਤ ਬਣੀ ਹੋਈ ਹੈ ਕਿ ਮੈਂ ਉਹਨਾਂ ਦੀ ਮਨਜ਼ੂਰੀ ਜਿਹੜੀ ਲੈ ਕੇ ਵੱਡਿਆਂ ਦਾ ਅਸੀਰਵਾਦ ਲੈ ਕੇ ਚੱਲਦਾ ਸੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਜਦੋਂ 21 ਸਾਲ ਦਾ ਹੀ ਲਾਇਸੈਂਸ ਮੈਂ ਉਦੋਂ ਲੈ ਲਿਆ ਸੀਗਾ ਪਰ ਮੈਂ ਮੋਟਰਸਾਈਕਲ ਨਹੀਂ ਸੀ ਕਦੀ ਲਿਆ ਕਿਉਂਕਿ ਮਾਤਾ ਜੀ ਹੋਣੀ ਆ ਸਾਡੇ ਉਹਨਾਂ ਨੇ ਕਦੀ ਮਨਜ਼ੂਰੀ ਨਹੀਂ ਸੀ ਦਿੱਤੀ ਉਹ ਕਹਿੰਦੇ ਵੀ ਇਹ ਬੜੀ ਖਤਰਨਾਕ ਚੀਜ਼ ਆ ਤੋ ਇਹ ਤੂੰ ਮੋਟਰਸਾਈਕਲ ਨਹੀਂ ਤੂੰ ਲੈਣਾ ਹੈ ਨਾ ਸੋ ਮੈਂ ਕੀ ਹੁੰਦਾ ਸੀਗਾ ਕਿ ਕੁਝ ਦੋਸਤਾਂ ਕੋਲ ਮੇਰੇ ਕੋਲ ਮੋਟਰਸਾਈਕਲ ਹੈਗੇ ਸੀਗੇ ਕਈ ਵਾਰ ਮਾੜੀ ਜਿਹੀ ਗਲੀ ਦੇ ਵਿੱਚ ਘਰਾਂ ਦੇ ਆਲੇ ਦੁਆਲੇ ਗੇੜੀ ਮਾਰ ਲਈ ਅਤੇ ਉਹਨੇ ਦੇ ਨਾਲ ਮੈਂ ਆਪਣੇ ਆਪ ਨੂੰ ਖੁਸ਼ ਕਰ ਲੈਂਦਾ ਹੁੰਦਾ ਸੀ ਹੈ ਨਾ ਜੀ ਇੱਕ ਉਹਨੂੰ ਮੈਂ ਇੱਕ ਐਕਸਪੀਰੀਅੰਸ ਦਿੰਦਾ ਕਿਉਂਕਿ ਮੈਂ ਪੰਜਾਬ ਦੇ ਵਿੱਚ ਨਹੀਂ ਕਦੀ ਰਿਹਾ ਮੈਂ ਜੰਮਪਲ ਜ਼ਰੂਰ ਪੰਜਾਬ ਦਾ ਹਾਂ ਪਰ ਮੇਰੀ ਜਿਹੜੀ ਰਿਹਾਇਸ਼ ਆ ਮੇਰੀ ਜਿਹੜੀ ਪਰਵਰਿਸ਼ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਹੋਈ ਆ ਸੋ ਮੈਨੂੰ ਕਦੀ ਉਹ ਮੌਕਾ ਨਹੀਂ ਮਿਲਿਆ ਜਿਹੜਾ ਆਮ ਆਪਣੇ ਪੰਜਾਬੀ ਜਿਹੜੇ ਉੱਥੋਂ ਦਾ ਜਿਹੜਾ ਤਜਰਬਾ ਜਿਹੜੀ ਉੱਥੋਂ ਦਾ ਹੈਗਾ ਆ ਜਿਹੜੇ ਬਹੁਤ ਜ਼ਿਆਦਾ ਤੁਹਾਡਾ ਹਾਂਜੀ ਉਹ ਕਲਚਰ ਤੁਸੀਂ ਉੱਥੇ ਮੋਟਰਸਾਈਕਲ ਆਪਣੇ ਆਮ ਹੀ ਘਰਾਂ ਦੇ ਵਿੱਚ ਹਰ ਇੱਕ ਕੱਲੇ ਕੱਲੇ ਹੁੰਦਾ ਹੈ ਨਾ ਅਤੇ ਹੁਣ ਮੈਨੂੰ ਉਹ ਐਕਸਪੀਰੀਅੰਸ ਨਹੀਂ ਮੈਂ ਬਿਲਡ ਕਰ ਸਕਦਾ ਸੋ ਪਰ ਮੈਂ ਚਲੋ ਇੰਤਜ਼ਾਰ ਕੀਤਾ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਆਪਣੇ ਇਹਦੇ ਵਿੱਚ ਇਹ ਬੜੀ ਇੱਕ ਖਤਰਨਾਕ ਚੀਜ਼ ਵੀ ਹੈਗੀ ਆ ਕਿਉਂਕਿ ਸੇਫਟੀ ਜਿਹੜੀ ਆ ਆਟਮੋਸਟ ਇੰਪੋਰਟੈਂਟ ਆ ਸਾਰਿਆਂ ਵਾਸਤੇ ਜੀ ਬਿਲਕੁਲ ਸਾਡੇ ਕਲੱਬ ਦੇ ਵਿੱਚ ਵੀ ਇਹ ਚੀਜ਼ ਨੂੰ ਅਸੀਂ ਪਹਿਲੇ ਤਜਰਬੇ 'ਤੇ ਅਸੀਂ ਦੇਖਦੇ ਹਾਂ ਵੀ ਹਰ ਇੱਕ ਨੂੰ ਸੇਫਟੀ ਜਿਹੜੀ ਆ ਉਹ ਕੰਸਰਨ ਜਿਹੜੀ ਆ ਉਹ ਅਸੀਂ ਸਾਰਿਆਂ ਨਾਲ ਸਾਂਝੀ ਕਰਦੇ ਹਾਂ ਵੀ ਤੁਸੀਂ ਆ ਜਿਹੜਾ ਇਹਦਾ ਮੋਟਰਸਾਈਕਲਾਂ ਦਾ ਇੱਕ ਸਪੈਸ਼ਲ ਗੇਅਰਸ ਹੁੰਦੇ ਆ ਵੀ ਜੇ ਤੁਸੀਂ ਕੰਫਰਟੇਬਲ ਆ ਤੁਸੀਂ ਉਹ ਜ਼ਰੂਰ ਪਾ ਕੇ ਉਹ ਖਰੀਦੋ ਤੁਸੀਂ ਉਹ ਪਾਇਆ ਕਰੋ ਇਹਦੇ ਬੂਟ ਵੱਖਰੇ ਹੈਗੇ ਆ ਵੀ ਜਿਵੇਂ ਐਂਕਲ ਤੋਂ ਉੱਪਰ ਹੈਗੇ ਆ ਦਸਤਾਨੇ ਪਾਉਣੇ ਜ਼ਰੂਰੀ ਆ ਪੂਰੀ ਕਿੱਟ ਜਾਣੀ ਜ਼ਰੂਰੀ ਆ ਹਾਂਜੀ ਸੋ ਉਹ ਜੈਕਟ ਹਾਂਜੀ ਜੈਕਟ ਹੈਗੀ ਆ ਉਹਦੇ ਨਾਲ ਉਹਦੇ ਪੈਡਿੰਗ ਹੁੰਦੀ ਆ ਸੋ ਸਾਰਾ ਵੀ ਤੁਸੀਂ ਉਹ ਚੀਜ਼ਾਂ ਪਾਓ ਐਂਡ ਉਹ ਬਿਲਕੁਲ ਖਾਸ ਤੌਰ ਤੇ ਸਪੀਡ ਦਾ ਹਾਂਜੀ ਸੋ ਸਪੀਡ ਦੇ ਜਿਹੜੀ ਆ ਸਪੀਡ ਉਹ ਦਾਇਰੇ ਦੇ ਵਿੱਚ ਰਹੋ ਜਿਹੜੀ ਸੇਫ ਸਪੀਡ ਹੈਗੀ ਆ ਮੋਟਰਸਾਈਕਲਾਂ 'ਤੇ ਇਹ ਜ਼ਰੂਰ ਹੈਗਾ ਆ ਕਿ ਜਿਵੇਂ ਆਪਾਂ ਫਰਜ਼ ਕਰ ਲਓ ਵੀ ਜਿਵੇਂ 70-80 ਦੀ ਸਪੀਡ ਹੈਗੀ ਆ ਜਿਹੜੀ ਮੋਟਰਸਾਈਕਲ ਦੀ ਜਿਹੜੀ ਇਹੋ ਜਿਹੀ ਇੱਕ ਚੀਜ਼ ਆ ਜਦੋਂ ਤੁਸੀਂ ਇਹਨੂੰ ਚਲਾਉਂਦੇ ਆ ਇਹਦੀ ਕੁਝ ਇਹੋ ਜਿਹੇ ਸਪੀਡ ਲਿਮਿਟਸ ਹੈਗੀਆਂ ਨੇ ਜਿੱਥੇ ਇਹ ਬੜਾ ਕੰਫਰਟੇਬਲ ਚੱਲਦਾ ਆ ਜਿਵੇਂ 70-80 ਤੇ ਬਹੁਤ ਵਧੀਆ ਇਹਨੂੰ ਤੁਸੀਂ ਇੱਕ ਕੰਫਰਟੇਬਲ ਤਰੀਕੇ ਦੇ ਨਾਲ ਤੁਸੀਂ ਚਲਾ ਸਕਦੇ ਆ ਤੋ ਅਸੀਂ ਉਹ ਇਨਕਰੇਜ ਕਰਦੇ ਹਾਂ ਵੀ ਹਰ ਬੰਦਾ ਵੀ ਆਪਣੇ ਆਪ ਨੂੰ ਵੱਧ ਤੋਂ ਵੱਧ ਜਿਹੜਾ ਹੈਂਡ ਔਨ ਐਕਸਪੀਰੀਅੰਸ ਜਿਹੜਾ ਬਣਾਉਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰੋ ਜਿਹੜੀ ਜੇ ਬੰਦੇ ਨੂੰ ਘਬਰਾਹਟ ਹੋਈ ਬੰਦਾ ਉਦੋਂ ਹੀ ਡਿੱਗਦਾ ਆ ਜਦੋਂ ਉਹ ਅਚਾਨਕ ਸੰਚੇਤ ਘਬਰਾ ਜਾਂਦਾ ਹੈ ਕੋਈ ਚੀਜ਼ ਅੱਗੇ ਦੇਖ ਲਈ ਜਾਂ ਉਹ ਕਿਹੋ ਜਿਹੇ ਉਹ ਮਨਿਊਰਿੰਗ ਨਹੀਂ ਕਰ ਪਾਉਂਦਾ ਸੋ ਅਸੀਂ ਇਹੋ ਇਨਕਰੇਜ ਕਰਾਂਗੇ ਕਿ ਤੁਸੀਂ ਜ਼ਰੂਰ ਉਹ ਚੀਜ਼ਾਂ ਸਾਰੀਆਂ ਸਿੱਖੋ DMV ਜਾਂ ਜਿਹੜੀਆਂ ਥਰਡ ਪਾਰਟੀਸ ਹੈਗੀਆਂ ਉਹਨਾਂ ਦੇ ਜਿਹੜੇ ਸਕੂਲਸ ਹੈਗੇ ਨੇ
ਉਹਨਾਂ ਦੇ ਪ੍ਰੋਗਰਾਮ ਹੈਗੇ ਆ ਕਿ ਤੁਸੀਂ ਮੈਨਿਊਰਿੰਗ ਵੀ ਸਿੱਖ ਸਕਦੇ ਆ, ਜਿਹੜੀ ਸੇਫਟੀ ਕਲਾਸਸ ਉਹ ਦਿੰਦੇ ਰਹਿੰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਦਾ ਵੀ ਯਤਨ ਹੈਗਾ ਆ ਵੀ ਅਸੀਂ ਵੀ ਜਿਹੜੀਆਂ ਸੇਫਟੀ ਕਲਾਸਸ ਆ ਉਹ ਆਮ ਜਨਤਾ ਤੱਕ ਪਹੁੰਚਾਵਾਂਗੇ, ਤਾਂ ਕਿ ਹਰ ਇੱਕ ਨੂੰ ਇਹ ਮੌਕਾ ਮਿਲੇ ਅਤੇ ਸਪੈਸ਼ਲੀ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਮੌਕਾ ਮਿਲੇ, ਕਿਉਂਕਿ ਆਪਣੇ ਇੰਡੀਆ ਦਾ ਹੋਰ ਹੱਥ ਹੁੰਦਾ, ਹੱਥ ਵੱਜਿਆ ਹੁੰਦਾ ਹੈ ਨਾ, ਜੋ ਮਸਲ ਮੈਮਰੀ ਜਿਹੜੀ ਆ ਉਹ ਠੀਕ ਆ ਆਪਣੇ ਥਾਂ 'ਤੇ ਆ, ਪਰ ਇੱਥੋਂ ਦੀ ਜਿਹੜੀ ਸਪੀਡ ਆ ਜਾਂ ਜਿਹੜਾ ਉਹਦਾ ਬੈਲੈਂਸ ਹੈਗਾ ਆ ਉਹਨੂੰ, ਉਹ ਤੁਹਾਨੂੰ ਇੱਥੋਂ ਦਾ ਤਜਰਬਾ ਜਿਹੜਾ ਬਣਾਉਣਾ ਹੀ ਪੈਣਾ ਹੈ। ਆਮ ਹੈ ਸਾਡੀ ਮੁੰਡਿਆਂ ਦੇ ਨਾਲ ਗੱਲ ਹੁੰਦੀ ਆ, ਉਹਨਾਂ ਨੇ ਮੋਟਰਸਾਈਕਲ ਖਰੀਦੇ ਹੋਏ ਨੇ ਅਤੇ ਗਰਾਹ 'ਚ ਖਿਲਾਰੇ ਹੋਏ ਨੇ, ਉਹ ਕਹਿੰਦੇ ਆ ਵੀ ਕਿਤੇ ਕਿਤੇ ਅਸੀਂ ਗੇੜੀ ਲਈ ਕੱਢ ਲੈਂਦੇ ਹਾਂ ਹੈ ਨਾ, ਉਹ ਕਹਿੰਦੇ ਕਿ ਸਾਨੂੰ ਫ੍ਰੀ ਵੇ ਤੇ ਜਾਣ ਤੋਂ ਡਰ ਲੱਗਦਾ ਆ। ਉਹਦਾ ਕਾਰਨ ਇਹੋ ਹੀ ਆ ਵੀ ਉਹ ਇੰਡੀਆ ਦਾ ਜਿਹੜੇ ਮਸਲ ਮੈਮਰੀ ਤੁਹਾਡੀ ਉਹ ਬਣਿਆ ਹੋਇਆ, ਹੱਥ ਵੱਜਿਆ ਹੋਇਆ, ਪਰ ਇੱਥੇ ਜਿਹੜਾ ਆ ਤੁਹਾਨੂੰ ਉਹਦੀ ਲੋੜ ਹੈਗੀ ਆ, ਉਹ ਡਰ ਤੁਹਾਡਾ ਤਾਂ ਹੀ ਲਿਥਣਾ ਹੈ, ਤੁਸੀਂ ਆਪਣੇ ਆਪ ਨੂੰ ਫੁੱਲ ਗੀਅਰਸ ਦੇ ਵਿੱਚ ਜਾਓ ਅਤੇ ਫ੍ਰੀ ਵੇ ਦੇ ਵਿੱਚ ਜੋ ਕੋਸ਼ਿਸ਼ ਕਰੋ, ਜਿੰਨਾ ਤੁਸੀਂ ਜ਼ਿਆਦਾ ਚਲਾਓਗੇ ਉਨਾ ਤੁਹਾਡੇ ਵਾਸਤੇ ਖੁਸ਼ਹਾਲ ਹੋਊਗਾ। ਬਹੁਤ ਅੱਛਾ, ਬਹੁਤ ਅੱਛਾ, ਯਾਨੀ ਪ੍ਰੈਕਟਿਸ ਦੀ ਵੀ ਲੋੜ ਆ ਜੀ, ਸੇਫਟੀ ਦੀ ਵੀ ਲੋੜ ਆ, ਹਰ ਚੀਜ਼ ਦੀ ਇਹਦੇ 'ਚ ਲੋੜ ਹੁੰਦੀ ਆ, ਤਾਂ ਹੀ ਤੁਸੀਂ ਆਪਣੇ ਆਪ ਨੂੰ ਸੇਫ ਕਰ ਸਕਦੇ, ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੀ ਸੁਸਾਇਟੀ ਵਿੱਚ ਹੋਈਆਂ ਜਿਹਦੇ ਵਿੱਚ ਨੌਜਵਾਨ ਜਿਹੜੇ ਆ ਵਿਚਾਰੇ ਬਲੀ ਦੇ ਬੱਕਰੇ ਬਣ ਜਾਂਦੇ ਆ, ਕਿਉਂਕਿ ਉਹ ਧਿਆਨ ਨਾਲ ਨਹੀਂ ਚਲਾਉਂਦੇ, ਉਹ ਰੇਸਿੰਗ 'ਚ ਖਾਸ ਕਰਕੇ ਉਹਨਾਂ ਦਾ ਜ਼ਿਆਦਾ ਇੰਟਰਸਟ ਹੁੰਦਾ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਉਹਨਾਂ ਦੀ ਜ਼ਿਆਦਾ ਕੋਸ਼ਿਸ਼ ਹੁੰਦੀ ਆ, ਅਤੇ ਬਹੁਤ ਸਾਰੀਆਂ ਇਹ ਘਟਨਾਵਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ। ਪਰ ਚੰਗੀ ਗੱਲ ਆ ਜੇ ਅਸੀਂ ਇਸ ਬਾਈਕ ਨੂੰ, ਮਤਲਬ ਇਸ ਰਾਈਡ ਨੂੰ ਚੰਗੀ ਤਰੀਕੇ ਨਾਲ, ਚੰਗੇ ਸੇਫਟੀ ਤਰੀਕੇ ਨਾਲ ਆਪਾਂ ਜੇ ਚਲਾਈਏ ਤਾਂ ਹੀ ਆਪਾਂ ਬਚ ਸਕਦੇ ਹਾਂ, ਕਿਉਂਕਿ ਸਾਨੂੰ ਇਸ ਵੇਲੇ ਸਿੱਖ ਕੌਮ ਦੇ ਚੰਗੇ ਕੰਮਾਂ ਦੀ ਬੜੀ ਲੋੜ ਆ। ਜੇ ਇਹਦੇ ਵਿੱਚ ਤੁਸੀਂ ਸਿਕਿਉਰਟੀ ਰੱਖੋਗੇ, ਸੇਫਟੀ ਰੱਖੋਗੇ, ਦੂਜਿਆਂ ਨੂੰ ਵੀ ਇਨਕਰੇਜਮੈਂਟ ਮਿਲੂਗੀ, ਆਉਣ ਵਾਲੀ ਪੀੜ੍ਹੀ ਵੀ ਇਹਦੇ ਵਿੱਚ ਇਨਕਰੇਜ ਹੋਊਗੀ, ਸਾਡੇ ਜਿਹੜੇ ਵੱਡੇ ਆ ਉਹ ਵੀ ਆਪਣੇ ਬੱਚਿਆਂ ਨੂੰ ਦੱਸਣ ਲਈ ਖੁਸ਼ੀ ਮਹਿਸੂਸ ਕਰਨਗੇ ਕਿ ਇਹ ਜਿਹੜਾ ਕੰਮ ਆ ਇਹ ਸੇਫਟੀ 'ਚ, ਅਸੀਂ ਕੋਈ ਇੰਸੀਡੈਂਟ ਇਹਦੇ 'ਚ ਹੁੰਦਾ ਦੇਖਿਆ ਨਹੀਂ। ਇਹ ਤਾਂ ਹੀ ਅਗਲੀ ਜਨਰੇਸ਼ਨ ਸਾਡੇ ਨਾਲ ਜੁੜੂਗੀ, ਜੇ ਅਗਲੀ ਜਨਰੇਸ਼ਨ ਇਸ ਕੰਮ 'ਚ ਸਾਡੇ ਨਾਲ ਜੁੜੂਗੀ ਤਾਂ ਅਸੀਂ ਸਿੱਖ ਆਈਡੈਂਟੀ ਜਿਹੜੀ ਆ ਉਹ ਬਣਾਉਣ ਵਿੱਚ ਕਾਮਯਾਬ ਹੋਵਾਂਗੇ। ਜੀ ਬਿਲਕੁਲ ਜੀ। ਤੁਸੀਂ ਕੋਈ ਆਪਣੀ ਸਿੱਖ ਮੋਟਰਸਾਈਕਲ ਕਲੱਬ ਦਾ ਕੋਈ ਕੋਈ ਤੁਹਾਡੀ ਹੋਵੇ, ਕੋਈ ਵੈਬਸਾਈਟ ਹੋਵੇ ਜਾਂ ਕੋਈ ਸੋਸ਼ਲ ਮੀਡੀਆ ਹੋਵੇ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਹਾਂਜੀ, ਸੋ ਕਿਸੇ ਨੇ ਵੀ ਸਾਡੇ ਨਾਲ ਕੋਈ ਜੁੜਨਾ ਚਾਹੇ ਤਾਂ ਆਪਣਾ ਫੇਸਬੁੱਕ ਪੇਜ, ਸੋਸ਼ਲ ਮੀਡੀਆ ਪੇਜਸ ਹੈਗੇ ਨੇ, ਇੰਸਟਾਗ੍ਰਾਮ 'ਤੇ ਵੀ ਹੈਗਾ ਆ ਆਪਣੇ ਨਾਮ, ਹਾਂਜੀ ਜਿਵੇਂ facebook.com ਸਿੱਖ ਮੋਟਰਸਾਈਕਲ ਕਲੱਬ USA, ਉਹਦੇ 'ਤੇ ਜਾ ਸਕਦੇ। ਆਪਣੀ ਵੈਬਸਾਈਟ ਵੀ ਜਿਹੜੀ ਆ ਉਹ ਵੀ ਤਿਆਰ ਹੋ ਰਹੀ ਹੈ, ਸਿੱਖ www.sikhmotorcycleclubusa.org। ਅਤੇ ਮੇਰੀ ਇਹ ਵੀ ਬੇਨਤੀ ਹੈਗੀ ਆ ਵੀ ਜੇ ਕੋਈ ਜਣਾ ਵੀ ਸਾਡੇ ਨਾਲ ਇਸ ਰਾਈਡ 'ਤੇ ਵੀ ਜੁੜਨਾ ਚਾਹੁੰਦੇ, ਜਿਹੜੀ ਅਸੀਂ ਰਾਈਡ ਅਗੇਂਸਟ ਹੇਟ ਇਹਦੇ ਵਿੱਚ ਕੋਈ ਭਾਗ ਲੈਣਾ ਚਾਹੇ ਤਾਂ ਉਹ ਸਾਨੂੰ ਆਪਣੇ ਸਾਡੇ ਫੇਸਬੁੱਕ ਪੇਜ ਦੇ ਇਵੈਂਟ ਪੇਜ 'ਤੇ ਸਾਨੂੰ ਜੁਆਇਨ ਕਰ ਸਕਦਾ ਹੈ। ਸੋ ਜਿਹੜੀ ਕੋਈ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਜਿਹੜੇ ਵੀ ਤੁਹਾਡੇ ਦਰਸ਼ਕ ਹਨ, ਉਹਨਾਂ ਨੂੰ ਅਸੀਂ ਇਹੋ ਅਪੀਲ ਕਰਾਂਗੇ ਕਿ ਤੁਸੀਂ ਸਾਡੀ ਵੈਬਸਾਈਟ 'ਤੇ ਜਾਓ, ਫੇਸਬੁੱਕ ਪੇਜ 'ਤੇ ਵੀ ਜ਼ਰੂਰ ਜ਼ਰੂਰ ਜ਼ਰੂਰ। ਅਤੇ ਦੂਜੀ ਗੱਲ ਜਿਹੜਾ ਲਾਸਟ ਵਿੱਚ ਆਪਾਂ ਪੁੱਛਣਾ ਚਾਹੁੰਦੇ ਹਾਂ, ਫਿਰ ਇੱਕ ਵਾਰੀ ਵੀ ਉਸ ਈਵੈਂਟ ਦਾ ਹੀ ਹੈ ਜਿਹੜਾ ਤੁਸੀਂ ਕਰਨ ਜਾ ਰਹੇ ਹੋ, ਬਹੁਤ ਵੱਡਾ ਈਵੈਂਟ ਆ, ਬੜਾ ਚੁਣੌਤੀਆਂ ਭਰਪੂਰ ਈਵੈਂਟ ਆ, ਕਿਉਂਕਿ ਲੌਂਗ ਡਰਾਈਵ ਆ, ਇੱਥੋਂ ਤੁਸੀਂ ਸਟੌਕਟਨ ਤੋਂ ਲੈ ਕੇ ਅਤੇ ਵਿਸਕਾਂਸਨ ਬਹੁਤ ਦੂਰ ਤੁਸੀਂ ਇੱਕ ਰਾਈਡ ਦੂਰੀ 'ਤੇ ਰਾਈਡ ਕਰ ਰਹੇ ਹੋ। ਇਹਦੇ ਦਾ ਜਿਹੜਾ ਈਵੈਂਟ ਰੱਖਿਆ 30 ਤਰੀਕ ਨੂੰ, ਕਿਹੜੀ ਜਗ੍ਹਾ ਆਪਣਾ ਗੁਰਦੁਆਰਾ ਸਟੌਕਟਨ, ਕਿੰਨੇ ਵਜੇ ਰੱਖਿਆ? ਹਾਂਜੀ, ਸੋ ਇੱਕ ਜਿਹੜਾ ਇੰਟਰਫੇਥ ਇਵੈਂਟ ਹੈਗਾ ਆ ਇਹ ਇੱਕ ਦਿਨ ਪਹਿਲਾਂ ਸਾਡੀ ਰਾਈਡ ਤੋਂ ਇੱਕ ਦਿਨ ਪਹਿਲਾਂ ਦਾ ਆ, 30 ਤਰੀਕ ਨੂੰ, ਅਤੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੈਗਾ। ਉੱਥੇ ਆਪਾਂ ਜਿਹੜੀ ਇਨਵੀਟੇਸ਼ਨ ਹੈਗੀ ਹੈ ਖੁੱਲ੍ਹਾ ਸੱਦਾ ਆ, ਸੰਗਤ ਵੀ ਉੱਥੇ ਜ਼ਰੂਰ ਪਹੁੰਚੇ ਤਾਂ ਕਿ ਅਸੀਂ ਦੱਸ ਸਕੀਏ ਸਾਡੇ ਕੋਲ ਆਪਣੇ ਕੋਲ ਕੁਝ ਬੁਲਾਰੇ ਹਨ ਜਿਨ੍ਹਾਂ ਨੂੰ ਆਪਾਂ ਇਨਵਾਈਟ ਕੀਤਾ ਆ, ਸਪੈਸ਼ਲੀ ਕਿ ਇਹੋ ਜਿਹੀ ਜਿਹੜੀ ਸਾਡੇ ਨਾਲ ਨਸਲ ਖੁਸ਼ੀ ਹੁੰਦੀ ਆ, ਵੱਖਰੇ ਵੱਖਰੇ ਹੇਡਸ ਹੁੰਦੇ ਆ, ਬਹੁਤ ਜ਼ਿਆਦਾ ਅਮੈਰੀਕਾ ਦੀ ਧਰਤੀ 'ਤੇ ਸ਼ੂਟਿੰਗਸ ਜਿਹੜੀਆਂ ਚੱਲ ਰਹੀਆਂ ਨੇ, ਉਹਦੇ ਲਈ ਬਚਾਅ ਟੈਕਨੀਕਸ ਤੁਹਾਡੇ ਕੋਲ ਕੀ ਹੋ ਸਕਦੀਆਂ ਆ, ਉਹ ਸਾਰੇ ਜਿਹੜੇ ਯਤਨ ਕੀਤੇ ਜਾ ਰਹੇ ਹਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸੰਗਤ ਦੇ ਨਾਲ ਸਾਂਝਾ ਕਰ ਸਕਦੇ ਹਾਂ। ਜੀ ਬਹੁਤ ਅੱਛੇ, ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੇ ਜਿੰਨੇ ਵੀ ਜਿਹੜੇ ਕਾਰਜ ਆ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸ਼ੁਰੂ ਕੀਤੇ ਆ ਉਹ ਕਾਮਯਾਬੀ ਨਾਲ ਪੂਰੇ ਹੋਣ। ਅਸੀਂ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਇਹ ਕੰਮ ਕਰਦੇ ਆ ਉਹਨਾਂ ਨੂੰ ਤੁਸੀਂ ਫੋਲੋ ਕਰੋ, ਇਹਨਾਂ ਦੇ ਸੋਸ਼ਲ ਮੀਡੀਆ ਤੋਂ ਇਹਨਾਂ ਦਾ ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਸਿੱਖ ਕੌਮ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਅਸੀਂ ਪੰਜਾਬ ਮੇਲ ਅਦਾਰਾ ਵੱਲੋਂ ਤੁਹਾਨੂੰ ਵਧਾਈ ਦਿੰਦੇ ਹਾਂ ਅਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜੋ ਵੀ ਤੁਸੀਂ ਚੰਗੇ ਕੰਮ ਕਰੋਗੇ ਅਸੀਂ ਆਪਣੇ ਚੈਨਲ 'ਤੇ ਜ਼ਰੂਰ ਲੈ ਕੇ ਆਵਾਂਗੇ। ਰੰਧਾਵਾ ਸਾਹਿਬ ਜੀ, ਤੁਹਾਡਾ ਅਤੇ ਤੁਹਾਡੀ ਸਾਰੀ ਟੀਮ, ਪੰਜਾਬ ਮੇਲ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਾਰੇ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।